ਸਵਾਮੀ ਜੀ ਕਹਿੰਦੇ ਜਦ ਅਸੀਂ ਕਹਿੰਦੇ ਕਹੀ ਦਾ ਟੱਕ ਮਾਰਿਆ ਬਾਹਰ ਕਹੀ ਨਿਕਲੀ ਨਹੀਂ ਗੰਗਾ ਦੀ ਧਾਰ ਉੱਤੋਂ ਦੀ ਆਈ। ਇੱਥੇ ਲਿਖਿਆ ਬਈ ਸਵਾਮੀ ਨੰਦ ਲਾਲ ਗੁਰੂ ਦਰਵਾਸ਼ਾ ਸੀ, ਦੋਵੇਂ ਦੇਖ ਰਹੇ ਜਗਤ ਤਮਾਸ਼ਾ ਸੀ। ਜਿੱਦਾਂ ਉੱਧਰ ਤਾਂ ਦਰਵਾਸ਼ਾ ਗੁਰੂ, ਚੇਲਾ ਕ੍ਰਿਸ਼ਨ, ਇਵੇਂ ਜਿਵੇਂ ਇਹ ਹਸਤੀ ਸੀ। ਕ੍ਰਿਸ਼ਨ ਜੀ ਦਾ ਰੂਪ ਸਵਾਮੀ ਦਰਬਾਰਾ ਸਿੰਘ ਜੀ ਤੇ ਗੁਰੂ ਦਾ ਰੂਪ ਸਵਾਮੀ ਮਿੱਤ ਸਿੰਘ ਜੀ। ਜੇ ਆਪਾਂ ਕ੍ਰਿਸ਼ਨ ਦਾ ਤੇ ਦਰਵਾਸ਼ਾ ਜੀ ਦਾ ਵਿਚਾਰ ਕਰੀਏ, ਇਹਨਾਂ ਬ੍ਰਹਮ ਗਿਆਨੀਆਂ ਨੂੰ ਅਵਤਾਰਾਂ ਨੂੰ ਕੋਈ ਸਮਝ ਨਹੀਂ ਸਕਦਾ। ਕਹਿੰਦੇ ਗੋਪੀਆਂ ਕ੍ਰਿਸ਼ਨ ਭਗਵਾਨ ਦੀਆਂ ਸੇਵਾਦਾਰ, ਜਦੋਂ ਇੱਧਰੋਂ ਬ੍ਰਿੰਦਾਵਨ ਵਿੱਚੋਂ ਗਾਹਾਂ ਜਾਂਦੀਆਂ ਨਾ ਦਰਵਾਸ਼ਾ ਜੀ ਨੂੰ ਭੋਜਨ ਛਕਾਉਣ, 4 ਮੀਲ ਤੇ ਪੁਲ ਹੁੰਦਾ ਜਮਨਾ ਦਾ, ਉੱਥੋਂ ਦੀ ਆਉਂਦੀਆਂ ਦਰਵਾਸ਼ਾ ਜੀ ਨੂੰ ਭੋਜਨ ਛਕਾਉਂਦੀਆਂ। ਇੱਕ ਦਿਨ ਕ੍ਰਿਸ਼ਨ ਜੀ ਨੂੰ ਕਹਿੰਦੀਆਂ ਮਹਾਰਾਜ ਲੇਟ ਹੋ ਗਈਆਂ ਤੇ ਭੋਜਨ ਛਕਾਉਣ ਜਾਣਾ, 4 ਮੀਲ ਪੁਲ ਹੈ। ਕ੍ਰਿਸ਼ਨ ਜੀ ਕਹਿੰਦੇ ਐਂ ਕਰੋ, ਸਿੱਧੀ ਲੰਘ ਲਓ ਜਮਨਾ ਵਿੱਚ ਦੀ। ਉਹਦੇ ਮਹਾਰਾਜ ਕਿੱਦਾਂ ਨਿਕਲੀਏ? ਕਹਿੰਦੇ ਕਿਨਾਰੇ ਤੇ ਖੜ ਕੇ ਐਂ ਕਹਿ ਦਿਓ ਵੀ ਹੇ ਜਮਨਾ, ਜੇ ਸਾਡਾ ਕ੍ਰਿਸ਼ਨ ਬਾਲ ਜਤੀ ਹੈ ਤਾਂ ਰਾਹ ਦੇ ਦੇ, ਜਮਨਾ ਰਾਹ ਦੇ ਦੂ। ਉਹ ਹੱਸੀਆਂ ਵੀ ਆਖਿਆ ਕੀ ਹੈ ਇਹਨਾਂ ਨੇ, ਪਰ ਜਾ ਕੇ ਕਿਨਾਰੇ ਤੇ ਕਹਿਤਾ ਜਮਨਾ ਜੇ ਨੰਦ ਲਾਲ ਜੀ ਬਾਲ ਜਤੀ ਹੈ ਰਾਹ ਦੇ ਦੇ। ਜਮਨਾ ਇੱਧਰ ਉੱਧਰ ਖੜੋ ਗਈ, ਚਲੀਆਂ ਗਈਆਂ। ਅਗੇ ਸੈਂਕੜੇ ਗੋਪੀ ਜਦ ਜਾ ਕੇ ਨਾ ਦਰਵਾਸ਼ਾ ਜੀ ਕੋਈ ਥਾਲ ਰੱਖੇ, ਉਹ ਚੱਕੇ ਥਾਲ ਮੂੰਹ ਚ ਉਲਟਾਲੇ, ਸਾਰੇ ਹੀ ਥਾਲ ਖਾ ਗਿਆ, ਖਾਲੀ ਕਰਤੇ। ਉਹ ਆਦੇ ਆਈਆਂ ਕਿਵੇਂ ਸੀ? ਕਹਿੰਦੇ ਜੀ ਐਦਾਂ ਕਿਹਾ ਸੀ ਕ੍ਰਿਸ਼ਨ ਜੀ ਨੇ, ਅਸੀਂ ਨਾਂ ਲੈਤਾ ਜੇ ਬਾਲ ਜਤੀਆ ਰਾਹ ਦੇ ਦੇ, ਜਮਨਾ ਨੇ ਰਾਹ ਦੇਤਾ। ਦਰਵਾਸ਼ਾ ਜੀ ਕਹਿੰਦੇ ਫਿਰ ਐਂ ਕਰੋ, ਹੁਣ ਜਾਂਦੀਆਂ ਹੋਈਆਂ ਐਂ ਕਿਹੋ ਜਮਨਾ ਨੂੰ ਵੀ ਜੇ ਸਾਡਾ ਗੁਰੂ ਦਰਵਾਸ਼ਾ ਪੌਣਾ ਹਾਰੀ ਆ ਨਾ, ਅੰਨ ਨਹੀਂ ਖਾਂਦਾ, ਰਾਹ ਦੇ ਦੇ। ਉਹ ਆਦੀਆਂ ਕਮਾਲ ਦੀ ਗੱਲ ਹੈ, ਸੈਂਕੜੇ ਥਾਲ ਮਾਂਜੀ ਖੜਾ, ਅਜੇ ਪੌਣਾ ਹਾਰੀ। ਜਦ ਆ ਕੇ ਕਿਹਾ ਉਵੇਂ ਜਿਵੇਂ ਜਮਨਾ ਫੇਰ ਖਲੋਗੀ, ਪਾਰ ਆ ਗਈਆਂ। ਆਪਾਂ ਪੈਗੰਬਰਾਂ ਦੀ ਕਥਾ ਨੂੰ ਸਮਝ ਨਹੀਂ ਸਕਦੇ, ਭੁਲੇਖੇ ਪੈਂਦੇ ਨੇ ਮਨਾਂ ਵਿੱਚ। ਆਓ ਅੱਗੇ ਦਾ ਵਿਚਾਰ, ਅੱਗੇ ਆਪਾਂ ਜਿੱਦਾਂ ਕਰਨਾ ਉਹ ਸੁਣੋ ਕਿ ਗੰਗਾ ਦੀ ਧਾਰ ਮਹਾਰਾਜ ਕਹਿੰਦੇ ਸਾਡੇ ਉੱਤੋਂ ਦੀ ਗਈ। ਸਵਾਮੀ ਜੀ ਕਹਿੰਦੇ ਦਰਬਾਰਾ ਸਿੰਘ ਮਹਾਰਾਜ ਨੂੰ ਮਿੱਤ ਸਿੰਘ ਜੀ ਕਹਿੰਦੇ ਇੱਕ ਕਰਮੰਡਲ ਭਰ ਲੈ ਗੰਗਾ ਦਾ, ਤੜਕੇ ਨੂੰ ਅਲੋਪ ਹੋ ਜੂ, ਫਿਰ ਇਹ ਦੁਆਰਾ ਪ੍ਰਗਟ ਕਰਾਂਗੇ ਥੱਲਿਓ। ਉਹਨਾਂ ਨੇ ਗੰਗਾ ਦਾ ਕਰਮੰਡਲ ਭਰ ਲਿਆ। ਮਹਾਰਾਜ ਕਹਿੰਦੇ ਮੜੀਆਂ 'ਚ ਸਪਰੇ ਕਰ ਦੇ, ਭਾਵੇਂ ਕਿੰਨੇ ਕੋਈ ਭੂਤ ਪ੍ਰੇਤ ਪਸ਼ੂ ਸਭ ਸੱਤਖੰਡ ਦੇ ਟਿਕਟ ਕੱਟ ਦੇ। ਸਪਰੇ ਕੀਤਾ, ਦੋਵੇਂ ਗੁਰੂ ਚੇਲੇ ਮਹਾਂ ਹਸਤੀ ਆਪਣੀ ਛੱਪਰੀ ਵਿੱਚ ਆ ਬੈਠੇ। ਰਾਤ ਗੁਜਰੀ, ਸਵਾਮੀ ਜੀ ਬੜੇ ਖੁਸ਼ ਤੜਕੇ ਨੂੰ ਆਏ ਤਾਂ ਜਿਹੜਾ ਉਹ ਗੰਗਾ ਦਾ ਨੀਰ ਸੀ ਉਹ ਬੋੜੀ 'ਚੋਂ ਥੱਲੇ ਫੇਰ ਚਲਾ ਗਿਆ, ਖਾਲੀ ਹੈ। ਮਹਾਰਾਜ ਨੇ ਕਿਹਾ ਵੀ ਇੱਟਾਂ ਲਿਆਓ, ਮਹਿਲ ਚਿਣੋ, ਬੌੜੀ ਥੱਲੇ ਨੂੰ ਉਤਾਰੀਏ। ਇੱਟਾਂ ਰੱਖੀਆਂ, ਮਹਿਲ ਉਸਾਰੇ। ਪਹਿਲਾਂ 15-15, 20-20 ਫੁੱਟ ਤਾਂ ਮਹਿਲ ਉਸਰਦੇ, ਫਿਰ ਉਹ ਥੱਲੇ ਨੂੰ ਉਤਰਦੇ। ਅਗੇ ਮਹਿਲ ਉਸਾਰਤਾ, ਥੱਲੇ ਉਤਾਰਨ ਵਾਸਤੇ ਇੱਕ ਮਹਾਂ ਸੇਵਕ ਗੁਲਜ਼ਾਰ ਸਿੰਘ ਜੀ ਮੋਤੀ ਮਹਿਰੇ ਕੇ ਪਰਿਵਾਰ 'ਚੋਂ, ਸਵਾਮੀ ਦਰਬਾਰਾ ਸਿੰਘ ਦਾ ਬਹੁਤ ਪਿਆਰਾ ਸੇਵਾਦਾਰ ਸੀ, ਗੁਲਜ਼ਾਰ ਸਿੰਘ ਜੀ ਨੂੰ ਕਹਾ ਲੈ ਕੇ ਕਹਿਤਾ ਭਾਈ ਉਤਾਰ ਇਹਨੂੰ ਬੌਲੀ ਨੂੰ।
ਜਦ ਉਹਨੇ 2 ਫੁੱਟ ਉਤਾਰੀ ਥੱਲੇ ਪਾਂਡੂ ਆ ਗਿਆ। ਗੁਲਜ਼ਾਰ ਨੇ ਜ਼ੋਰ ਲਾਇਆ ਤੇ ਉਹ ਮਹਿਲ ਨਾ ਉਤਰਿਆ। ਮਹਾਰਾਜ ਕਹਿੰਦੇ ਗੁਲਜ਼ਾਰ ਭਾਈ ਥੱਲੇ ਨਹੀਂ ਜਾਂਦਾ ਮਹਿਲ, ਉਹ ਆਦੇ ਜੀ ਨਹੀਂ ਜਾਂਦਾ। ਸਵਾਮੀ ਜੀ ਕਹਿੰਦੇ ਪੰਡਤਾ ਤੂੰ ਕਹਾ ਲਾ, ਤੈਨੂੰ ਉਡੀਕਦੀ ਹੈ ਗੰਗਾ। ਉਹਨਾਂ ਨੇ ਜਦ ਕਹਾ ਲਾਇਆ ਪਹਿਲੇ ਹੀ ਕਹਿੰਦੇ ਉੱਤਰ ਚੱਲੀ ਬੌਲੀ ਥੱਲੇ ਨੂੰ, ਧੀਰੇ ਧੀਰੇ ਤੁਰੀ ਜਾਵੇ, ਕਹੇ ਬੰਦ ਕਰਤੇ। ਜਿਹੜਾ 15 ਫੁੱਟ ਦਾ ਮਹਿਲ ਸੀ 15 ਮਿੰਟਾਂ 'ਚ ਸਾਰਾ ਹੀ ਉੱਤਰ ਗਿਆ। ਨਾ ਰੁਕੀ, ਤੁਰਿਆ ਜਾਵੇ। ਅਤੇ ਜਿਹੜਾ ਸੀ ਨਾ ਗੁਲਜ਼ਾਰ ਸਿੰਘ, ਉਹ ਸਵਾਮੀ ਮਿੱਤ ਸਿੰਘ ਜੀ ਨੂੰ ਕਹਿੰਦਾ ਮਹਾਰਾਜ ਇਹਨੇ ਘੰਟੇ ਕੁ ਨੂੰ ਥਿਉਣੇ ਨਹੀਂ, ਮਹਿਲ ਕਿੱਧਰ ਵਾਗਿਆ, ਜਾਈ ਜਾਂਦਾ, ਰੋਕੋ। ਕਹਿੰਦੇ ਸਵਾਮੀ ਜੀ ਨੇ ਬੈਠਿਆਂ ਨੇ ਧਰਤੀ 'ਤੇ ਹੱਥ ਮਾਰਿਆ ਅਤੇ ਮਹਿਲ ਖਲੋ ਗਿਆ। ਆਦੇ ਉੱਥੋਂ ਗੰਗਾ ਮਹਾਨ ਸ਼ਕਤੀ ਨੇ ਫਿਰ ਪ੍ਰਗਟ ਕੀਤੀ। ਉਹ ਗੰਗਾ ਅੱਜ ਵੀ ਮੌਜੂਦ ਹੈ, ਉਹਦਾ ਦੁਨੀਆ ਜਲ ਸਕਦੀ ਹੈ। ਪਰ ਇੱਧਰੋਂ ਸਵਾਮੀ ਮਿੱਤ ਸਿੰਘ ਜੀ ਦੀ ਆਖਰੀ ਸਟੇਜ ਸੀ, ਉਹਨਾਂ ਨੇ ਨਿਰੰਕਾਰ ਦੇ ਦੇਸ਼ ਜਾਣਾ ਸੀ। ਸਵਾਮੀ ਦਰਬਾਰਾ ਸਿੰਘ ਜੀ ਨੂੰ ਬੁਲਾ ਕੇ ਕਹਿੰਦੇ ਪੰਡਤਾ ਆ ਬਈ, ਇਰਾਦਾ ਇਹ ਹੋ ਗਿਆ ਸੀ ਮਿੱਤ ਸਿੰਘ ਜੀ ਦਾ ਵੀ ਪੇਪਰ ਪਾਈਏ ਇਹਨਾਂ ਨੂੰ, ਭਗਤੀ ਸੂਰਮਗਤੀ ਦਾਨ ਇਹਦਾ ਪੇਪਰ ਹੁੰਦਾ। ਹੁਣ ਤਾਂ ਜਾਣਦੇ ਸੀ ਮਿੱਤ ਸਿੰਘ ਜੀ ਬਈ ਇਹ ਰੱਬ ਦਾ ਰੂਪ ਹੈ, ਇਹਦੇ ਪੇਪਰ ਲੈਣ ਦੀ ਲੋੜ ਨਹੀਂ, ਪੂਰਾ ਉਤਰੇਗਾ। ਪਰ ਉਹਨਾਂ ਦੇ ਮਨ ਵਿੱਚ ਇਹ ਆਇਆ ਕਿ ਮਰਜ਼ਾਦਾ ਨਹੀਂ ਕਹਿੰਦੀ ਵੀ ਬਿਨਾਂ ਪੇਪਰਾਂ ਤੋਂ ਪਾਸ ਕਰ ਦਿਓ, ਕੋਈ ਵਿਦਿਆਰਥੀ ਪੜ੍ਹਦਾ ਉਹਨੂੰ ਪੇਪਰ ਦੇਣਾ ਹੀ ਪੈਂਦਾ। ਸਵਾਮੀ ਮਿੱਤ ਸਿੰਘ ਜੀ ਪੇਪਰ ਲੈਣ ਲੱਗੇ, ਉਹ ਆਦੇ ਪੰਡਤਾ ਆ ਬਈ, ਆਦੇ ਹਾਂਜੀ। ਕਹਿੰਦੇ ਆ ਜਿਹੜੀ ਆਪਣਾ ਭੋਰ ਹੈ ਨਾ ਭੋਰਾ, ਇਹਦੇ ਵਿੱਚ ਜਾ ਛੇਤੀ, ਸਾਡੀ ਭੂਰੀ ਪਈ ਹੈ, 1 ਸਕਿੰਟ ਤੋਂ ਪਹਿਲਾਂ ਭੂਰੀ ਚੱਕ ਲਿਆ, ਰੁਕਣਾ ਨਹੀਂ, ਭੂਰੀ ਛੱਡ ਕੇ ਨਹੀਂ ਆਉਣਾ, ਘਬਰਾਉਣਾ ਨਹੀਂ, ਛੇਤੀ ਭੂਰੀ ਲਿਆ ਦੇ। ਸਵਾਮੀ ਜੀ ਥੱਲੇ ਉਤਰ ਗਏ, ਜਦ ਦੇਖਿਆ ਭੂਰੀ ਦੇ ਉੱਤੇ ਸ਼ੇਸ ਨਾਗ ਪਦਮ ਕਾਲਾ ਫੰਕਾਰੇ ਮਾਰ ਰਿਹਾ, ਉਹਦੇ ਮੂੰਹ ਵਿੱਚੋਂ ਲਾਟਾਂ ਨਿਕਲ ਰਹੀਆਂ ਨੇ, ਅੰਗਿਆਰ ਪੈਂਦੇ ਨੇ ਝੜ ਝੜ ਕੇ। ਸਵਾਮੀ ਦਰਬਾਰਾ ਸਿੰਘ ਜੀ ਕਹਿੰਦੇ ਪੇਪਰ ਹੈ, ਖੁਸ਼ ਹੋ ਗਏ। ਜਦ ਹੱਥ ਪਾਇਆ ਨਾ ਨਾਗ ਨੂੰ, ਨਾਗ ਤਾਂ ਅਲੋਪ ਹੋ ਗਿਆ, ਹੈ ਨਹੀਂ, ਭੂਰੀ ਚੱਕ ਲਈ, ਬਾਹਰ ਆ ਗਏ, ਚਰਨਾਂ 'ਚ ਰੱਖਤੀ। ਮਹਾਰਾਜ ਜੀ ਖੁਸ਼ ਵੀ ਹੋਏ ਪਰ ਅਜੇ ਪੇਟ ਨਹੀਂ ਭਰਿਆ। ਕਹਿੰਦੇ ਪੰਡਤਾ, ਉਹ ਆਦੇ ਹਾਂਜੀ, ਆਦੇ ਚੜ ਜਾ ਇਸ ਬੋਹੜ ਤੇ, ਬੋਹੜ ਸੀ ਉੱਥੇ ਅਜੇ ਵੀ ਕਾਇਮ ਹੈ। ਮਹਾਰਾਜ ਕਹਿੰਦੇ ਚੜ ਜਾ, ਇਉਂ ਕਰੀ ਹੋ ਜਿਹੜਾ ਸਿਖਰਾਂ ਨੂੰ ਡਾਣਾ ਜਾਂਦਾ ਉਹਦੇ ਤੇ ਚੱਲ ਪੈ। ਐਂ ਕਹਿੰਦੇ ਨੇ ਨਾਲੇ, ਕਹਿੰਦੇ ਜਿੰਨਾ ਚਿਰ ਅਸੀਂ ਰੋਕੀਏ ਰੁਕੀ ਨਾ, ਚੜੀ ਜਾਣਾ ਤੈਂ, ਐਮ ਨਾ ਪੁੱਛੀ ਬਈ ਖੜ ਜਾ ਕ ਹੋਰ ਚੜਾਂ, ਬਚਨ ਨਾ ਮੁੜਜੇ, ਤੁਰੇ ਹੀ ਜਾਣਾ। ਸਵਾਮੀ ਮਹਾਰਾਜ ਕਹਿੰਦੇ ਜੀ ਸਤ ਬਚਨ, ਜਿਹੜਾ ਮੋਟਾ ਜਿਹਾ ਤਿੱਗ ਸੀ ਬੋਰਡ ਦਾ ਉਹ ਵੀ ਮੁੱਕ ਗਿਆ, ਜਿਹੜੇ ਡਾਹਣੇ ਵੱਲ ਕਿਹਾ ਸੀ ਤੁਰੇ ਜਾਂਦੇ ਸਿਖਰਾਂ ਨੂੰ ਉਹ ਵੀ ਮੁੱਕ ਗਿਆ, ਡਾਹਣੀਆਂ ਵੀ ਮੁੱਕ ਗਈਆਂ, ਅੱਗੇ ਪੱਤੇ ਆ ਗਏ। ਸਵਾਮੀ ਜੀ ਮਹਾਰਾਜ ਜਦ ਉੱਤੋਂ ਡਿੱਗੇ, ਉਹਨਾਂ ਨੇ ਸਾਨੂੰ ਐਂ ਫਰਮਾਇਆ, ਕਹਿੰਦੇ ਜਿਵੇਂ 100 ਮਣ ਰੂਈ ਦੇ ਢੇਰ ਤੇ ਡਿੱਗਦੇ ਆ। ਪਿਆਰੋ, ਜਦ ਪੇਪਰ ਪੈਂਦਾ, ਕੱਚੇ ਤਾਂ ਫੇਲ ਹੁੰਦੇ ਆ, ਪੱਕੇ ਪਾਸ ਹੁੰਦੇ ਆ। ਪੇਪਰ ਵੇਲੇ ਬੰਦੇ ਕੱਚੀ ਮਿੱਟੀ ਜਿਉਂ ਢਹਿ ਜਾਂਦੇ ਆ, ਗੁਰੂ ਦੇ ਪੇਪਰਾਂ 'ਚੋਂ ਪਾਸ ਹੋਣਾ ਸੌਖਾ ਨਹੀਂ। ਪੇਪਰ ਸਵਾਮੀ ਦਰਬਾਰਾ ਸਿੰਘ ਜੀ ਨੂੰ ਇਉਂ ਪਾਉਂਦੇ ਸੀ, ਪੇਪਰ ਆਖਿਰ ਦਾ ਲਾਉਂਦੇ ਚੇਲੇ ਤੇ ਕਸ ਪੱਟੀ।
ਕੋਟੁੰਮੇ ਕੋਹਨੇ ਵਿਕਦੇ ਪ੍ਰੇਮ ਇਸ਼ਕ ਦੀ ਹੱਟੀ ਨਾ ਜਾਰਾ ਤੋਂ ਸਮਝ ਪਵੇ ਦਿਲ ਦੇ ਰਾਜ ਗੁੱਜੇ ਨੀ ਰਹਿੰਦੇ ਜਦ ਪੇਪਰ ਪੈ ਜਾਵੇ ਬਿਰਲੇ ਮਰਦ ਸਿਦਕ ਤੇ ਰਹਿੰਦੇ ਉਹਦੇ ਵਿੱਚ ਜਾ ਪੰਡਤਾਂ ਸਾਡੀ ਪੂਰੀ ਚੱਕ ਲਿਆ ਦੇ ਛੇਤੀ ਮੁੜਿਆ ਵੀ ਤੂੰ ਹਾਂ ਇੱਕ ਪਲਕ ਚਲਕ ਵੀ ਜਾ ਦੇ ਕੋਲ ਜਾਵੇ ਕੰਡੇ ਤੇ ਆਖਰ ਮੁੱਲ ਉਹਨਾਂ ਦੇ ਪੈਂਦੇ ਜਦ ਪੇਪਰ ਪੈ ਜਾਵੇ ਬਿਰਲੇ ਮਰਦ ਸਿਦਕ ਤੇ ਰਹਿੰਦੇ ਜਦ ਵੇਖਿਆ ਪੂਰੀ ਨੂੰ ਉੱਤੇ ਨਾਗ ਪਦਮ ਫੰਕਾਰੇ ਮੁੱਖੋਂ ਲਾਟਾਂ ਨਿਕਲਦੀਆਂ ਮੂੰਹੋਂ ਲਾਟਾਂ ਨਿਕਲਦੀਆਂ ਚਰ ਚਰ ਪੈਂਦੇ ਸੀ ਅੰਗਿਆਰੇ ਯਾਦ ਸ਼ਮਾ ਲਾਟ ਜਗਦੀ ਉਹਨੂੰ ਪਰਵਾਨੇ ਹੀ ਸਹਿੰਦੇ ਜਦ ਪੇਪਰ ਪੈ ਜਾਵੇ ਸਵਾਮੀ ਜੀ ਮਹਾਰਾਜ ਜਦ ਬੋਹੜ ਤੋਂ ਡਿੱਗੇ ਅਰਸ਼ਾਂ ਵਿੱਚੋਂ ਕਿਉਂਕਿ ਡਿੱਗਣੇ ਹੀ ਸੀ ਡਾਹਣੀਆਂ ਵੀ ਖਤਮ ਹੋ ਗਈਆਂ ਪੱਤਿਆਂ 'ਤੇ ਕਿੱਦਾਂ ਰੁਕਣ ਗਾਹਾਂ ਕਿਹੜਾ ਮੋਗੇ ਦਾ ਬਾਈਪਾਸ ਸੀ ਵੀ ਤੁਰਿਆ ਜਾਣਾ ਜਦ ਥੱਲੇ ਡਿੱਗੇ ਰੋਈ ਦਾ ਢੇਰ ਸਤਿਗੁਰਾਂ ਦੀ ਕਿਰਪਾ ਦਾ ਅੱਗੇ ਵਿਸ਼ਾ ਮਹਾਰਾਜ ਕਹਿੰਦੇ ਸਾਡੇ ਮਨ ਨੂੰ ਸ਼ਾਂਤੀ ਆ ਗਈ ਵੀ ਮੇਰੇ ਗੁਰੂ ਦਾ ਪੇਪਰ ਸੀ ਸ਼ਾਇਦ ਪੂਰਾ ਹੋ ਗਿਆ ਹੋਵੇ ਇੱਧਰੋਂ ਸਵਾਮੀ ਮਿੱਤ ਸਿੰਘ ਜੀ ਵੀ ਭੱਜੇ ਕਹਿੰਦੇ ਉਠਾ ਕੇ ਫਿਰ ਬੁੱਕਲ 'ਚ ਲੈ ਲਿਆ ਉੱਥੇ ਐਂ ਦੱਸਿਆ ਸੇਵਕ ਨੂੰ ਪਰਖਣ ਦਾ ਭਰ ਗਿਆ ਸਤਿਗੁਰ ਦਾ ਪੈਮਾਨਾ ਬੁੱਕਲ ਵਿੱਚ ਲੈ ਕੇ ਤੇ
ਬਸ ਫਿਰ ਖੋਲ ਦਿੱਤਾ ਮੈਂ ਖਾਨਾ। ਮਹਾਰਾਜ ਨੇ ਬੁੱਕਲ ਵਿੱਚ ਲੈ ਕੇ ਜਿਹੜੀ ਨਾਮ ਖੁਮਾਰੀ ਹੈ ਉਹ ਬਖਸ਼ ਦਿੱਤੀ। ਕਹਿੰਦੇ ਨੇ ਪੰਡਤਾ ਧਨ ਹੈ, ਧਨ ਹੈ ਤੇਰਾ ਜਨਮ, ਧਨ ਹੈ। ਮਹਾਰਾਜ ਜੀ ਭੋਰੇ ਵਿੱਚ ਲੈ ਗਏ, ਥੱਲੇ ਉਤਾਰ ਲਿਆ ਉਹਨਾਂ ਨੂੰ। ਉੱਥੇ ਇਉਂ ਦੱਸਿਆ ਕਿ ਸਵਾਮੀ ਜੀਆਂ ਨੇ ਫਿਰ 100 ਸਾਲ ਦਾ ਤਪ, 40 ਸਾਲ ਦਾ ਤਪ ਤਾਂ ਬਾਬਾ ਭਗਤ ਸਿੰਘ ਦਾ, 60 ਸਾਲ ਦਾ ਤਪ ਸਵਾਮੀ ਮਿੱਤ ਸਿੰਘ ਦਾ, ਪੂਰੀ 101 ਸਦੀ 100 ਸਾਲ ਦੀ ਤਪ ਦਾ ਜਿਹੜਾ ਖਜ਼ਾਨਾ ਸੀ ਢੇਰ ਲਾਤਾ। ਕਹਿੰਦੇ ਪੰਡਤਾ 100 ਸਾਲ ਦਾ ਤਪ ਤੇਰੀ ਝੋਲੀ ਵਿੱਚ ਪਾ ਦਿੱਤਾ। ਸਵਾਮੀ ਦਰਬਾਰਾ ਸਿੰਘ ਜੀ ਹੱਸਣ, ਉਹਨਾਂ ਨੂੰ ਪਤਾ ਸੀ 100 ਸਾਲ ਦੀ ਤਪੱਸਿਆ ਤਾਂ ਮੇਰੇ ਦਾਦਾ ਗੁਰੂ ਦੀ, ਇਹਨਾਂ ਨੇ 60 ਸਾਲ ਦੇ ਖਜ਼ਾਨੇ ਦਾ ਮੇਰੇ ਮੂਹਰੇ ਢੇਰ ਲਾਤਾ। ਜਿਹੜੀ ਅੰਮ੍ਰਿਤ ਬੂੰਦ, ਇੱਕ ਬੂੰਦ ਮੋਏ 'ਚ ਜਾਨ ਪਾ ਸਕਦੀ ਹੈ, ਉਹ ਅੰਮ੍ਰਿਤ ਦਾ ਇੱਕ ਸਮੁੰਦਰ ਚਲਾਤਾ ਮਹਾਰਾਜ ਜੀਆਂ ਨੇ। ਸੇਵਕ ਨੂੰ ਪਰਖਣ ਦਾ ਭਰ ਗਿਆ ਸਤਿਗੁਰ ਦਾ ਪੈਮਾਨਾ, ਬੁੱਕਲ ਵਿੱਚ ਲੈ ਕੇ ਤੇ ਬਸ ਫਿਰ ਖੋਲ ਦਿੱਤਾ ਮੈਂ ਖਾਨਾ। ਆਪਾਂ ਜਦ ਕਿਤੇ ਸੋਚਦੇ ਹਾਂ ਨਾ, ਇਹ ਵੀ ਕਹਿੰਦੇ ਹੁੰਦੇ ਨੇ ਆਮ ਬੰਦੇ ਬਈ ਸਵਾਮੀ ਦਰਬਾਰਾ ਸਿੰਘ ਜੀ ਨੇ ਤਪ ਕਦ ਕੀਤਾ, ਬੋਰਡ ਤੇ ਚੜ੍ਹਾਉਣ ਤੋਂ ਬਾਅਦ, ਪੇਪਰ ਤੋਂ ਬਾਅਦ ਸਵਾਮੀ ਜੀ ਨੇ 2.5 ਸਾਲ, ਫਿਰ ਦੋਹਾਂ ਗੁਰੂ ਚੇਲਿਆਂ ਦੀ ਸਮਾਧੀ ਲੱਗੀ ਰਹੀ 2.5 ਸਾਲ। ਬਿਵੇਕ ਸਿਮਰਨ ਕਰਾਇਆ ਸਵਾਮੀ ਜੀ ਤੋਂ, ਬਿਵੇਕ ਕਮਾਲ ਉਹਨਾਂ ਦੀਆਂ ਲੀਲਾ ਅਪਾਰ ਪਾਵਰਾਂ ਸੀ। ਕਹਿੰਦੇ ਕਿਤੇ ਸਵਾਮੀ ਜੀ ਬਾਹਰ ਨਿਕਲੇ, ਪਿੰਡ ਦੇ ਲੋਕ ਇਕੱਠੇ ਹੋਏ ਖੜੇ ਹੈ, ਆਦੇ ਪਿਆਰਿਓ ਕੀ ਗੱਲ ਹੈ? ਕਹਿੰਦੇ ਮਹਾਰਾਜ ਜੀ ਬਹੁਤ ਸਾਰੀ ਬਰਸਾਤ ਹੋ ਗਈ, ਪਿੰਡ ਵਿੱਚ ਪਾਣੀ ਵੜ ਗਿਆ, ਪਾਣੀ ਗਲੀਆਂ 'ਚ ਭਰ ਗਿਆ, ਪਿੰਡ ਬਾਹਰ ਨਿਕਲਿਆ ਜਾਂਦਾ, ਪਰ ਕਮਾਲ ਇਸ ਗੱਲ ਦਾ ਦੁੱਖ ਆਉਂਦਾ, ਇੱਕ ਕੱਚੇ ਜਿਹੇ ਮਕਾਨ ਵਿੱਚ 15 ਗਊਆਂ ਖੜੀਆਂ ਨੇ, ਮਕਾਨ ਡਿੱਗਣ ਵਾਲਾ, ਕੋਠਾ ਤੇ ਉਹਦੇ ਅੰਦਰ ਕੋਈ ਨਹੀਂ ਜਾਂਦਾ। ਸਵਾਮੀ ਮਿੱਤ ਸਿੰਘ ਜੀ ਕਹਿੰਦੇ ਪੰਡਤਾ ਚੱਲ ਪਰ ਉਪਕਾਰ ਕਰੀਏ। ਕਹਿੰਦੇ ਚਲੋ ਜੀ। ਜਦ ਆਏ ਉਸ ਮਕਾਨ ਦੇ ਆਸੇ ਪਾਸੇ ਦੁਨੀਆ ਖੜੀ, ਆਦੇ ਅੰਦਰ ਨਾ ਪੜਿਓ, ਇਹ ਡਿੱਗਣ ਵਾਲਾ। ਸਵਾਮੀ ਮਿੱਤ ਸਿੰਘ ਜੀ ਨੇ ਆਪਣੀ ਭੁਜਾ ਉੱਤੇ ਨੂੰ ਉਠਾ ਲਈ, ਕਹਿੰਦੇ ਪੰਡਤਾ ਭਾਵੇਂ 4 ਘੰਟੇ ਗਊਆਂ ਖੋਲੀ ਜਾਂ, ਕੋਠਾ ਨਹੀਂ ਹੱਲੂ, ਕੱਲੀ ਕੱਲੀ ਗਊ ਮਹਾਰਾਜ ਜੀਆਂ ਨੇ ਬਾਹਰ ਕੱਢੀ। ਸੱਚੇ ਪਾਤਸ਼ਾਹ ਜੀ ਦਾ ਭੁਜਾ ਥੱਲੇ ਨੂੰ ਕੀਤੀ, ਕਹਿੰਦੇ ਨਾਲ ਦੀ ਨਾਲ ਧਾਰ ਦੇ ਕੇ ਉਹ ਜਿਹੜਾ ਕੋਠਾ ਸੀ ਉਹ ਢਹਿ ਗਿਆ। ਉਹਨਾਂ ਦਾ ਜਿਹੜਾ ਤਪ ਸੀ ਨਾ ਸਵਾਮੀ ਜੀ ਦਾ, ਬਹੁਤ ਜ਼ਿਆਦਾ ਅਥਾਹ ਸੀ, ਜਿਹੜੇ ਤਪ ਦੀ ਕੋਈ ਪਮੈਸ਼ ਨਹੀਂ ਹੈ। ਸੰਤ ਲੋਕ ਆਪਦੇ ਤਪ ਨੂੰ ਜ਼ਾਹਰ ਨਹੀਂ ਕਰਦੇ ਹੁੰਦੇ। ਕਹਿੰਦੇ 18 ਨਰਕ ਜਨਕ ਨੇ ਇੱਕ ਘੜੀ ਦੇ ਸਿਮਰਨ ਤੋਂ ਖਾਲੀ ਕਰਤੇ। ਘੜੀ ਹੁੰਦੀ ਹੈ 24 ਮਿੰਟਾਂ ਦੀ। ਇੱਧਰ ਕਹਿੰਦੇ ਸੰਤਾਂ ਦਾ ਸੰਗ ਨਰਕ ਵੀ ਸਵਾਮੀ ਦਰਬਾਰਾ ਸਿੰਘ ਜੀ ਕਹਿੰਦੇ 3 ਵਾਰ ਖਾਲੀ ਹੋਏ ਹੈ। ਇੱਕ ਵਾਰੀ ਸਵਾਮੀ ਜੀ ਕਹਿੰਦੇ ਕਿਸੇ ਤਪੱਸ਼ੀ ਨੂੰ ਲਈ ਜਾਂਦੇ ਸੀ ਬ੍ਰਹਮ ਲੋਕ ਨੂੰ, ਪਾਰਖਦ ਨਰਕਾਂ ਦੇ ਨੇੜਿਓਂ ਦੀ ਲੈ ਚੱਲੇ,
ਨਰਕਾਂ 'ਚ ਦੁਹਾਈ ਪੈਂਦੀ ਹੈ। ਉਹ ਸੰਤਾਂ ਦੇ ਭਾਈ ਆਹ ਦੱਸੋ ਕੀ ਹੈ, ਉਹ ਆਖਦੇ ਮਹਾਰਾਜ ਨਰਕ ਹੈ, ਜੀਵ ਕਰਲਾਉਂਦੇ ਹੈ, ਸੰਤਾਂ 'ਚ ਹੁੰਦੀ ਹੈ ਦਇਆ, ਉਹ ਆਖਦੇ ਸਾਨੂੰ ਦਿਖਾਓ ਇਹ ਜੀਵ ਕਿਵੇਂ ਤੜਫਦੇ ਹੈ। ਜਦ ਦੇਖਿਆ ਦਿਲ ਪਿਘਲ ਗਿਆ, ਸੰਤਾਂ ਦੇ ਪਿਆਰੇ ਉਹਨਾਂ ਦਾ ਉਧਾਰ ਵੀ ਹੋ ਸਕਦਾ, ਉਹ ਆਖਦੇ ਹਾਂਜੀ ਹੋ ਸਕਦਾ, ਆਖਦੇ ਕਿੱਦਾਂ ਹੋ ਸਕਦਾ। ਉਹ ਪਾਰਖਤ ਕਹਿੰਦੇ ਸੰਤ ਜੀ ਜਿਹੜਾ ਤੁਹਾਡੀ ਜ਼ਿੰਦਗੀ ਦਾ ਤਪ ਹੈ ਸਾਰਾ ਤਪ ਅਰਪਣ ਕਰ ਦਿਓ ਇਹਨਾਂ ਦੇ, ਇਹ ਜੀਵ ਪਾਰ ਹੋ ਜਾਣਗੇ। ਉਹ ਆਖਦੇ ਲਿਆਓ ਮੈਨੂੰ ਲੋੜ ਨਹੀਂ ਤਪ ਦੀ, ਮਹਾਰਾਜ ਜੀ ਨੇ ਅਰਪਣ ਕਰਤਾ ਜਿਹੜਾ ਉਹਦੀ ਸਾਰੀ ਜ਼ਿੰਦਗੀ ਦਾ ਤਪ ਸੀ। ਕਹਿੰਦੇ ਨਰਕ ਠੰਡੇ ਹੋ ਗਏ, ਜੀਵ ਬਾਹਰ ਚਲੇ ਗਏ। ਉਹ ਹੁਣ ਸੰਤ ਕਹਿੰਦੇ ਨੇ ਧਰਮਰਾਜ ਨੂੰ ਵੀ ਸਾਡੇ ਪੱਲੇ ਤਾਂ ਕੁਛ ਰਿਹਾ ਨਹੀਂ। ਧਰਮਰਾਜ ਕਹਿੰਦਾ ਬਾਬਿਓ ਪਰਉਪਕਾਰੀਓ, ਤੁਹਾਡੇ ਵਾਸਤੇ ਤਾਂ ਅਕਾਲ ਪੁਰਖ ਕੋਲੇ ਵੀ ਕੋਈ ਚੀਜ਼ ਨਹੀਂ ਜਿਹੜੀ ਤੁਹਾਨੂੰ ਦੇ ਦੇਵੇ। ਤੁਸੀਂ ਆਪਦਾ ਸਾਰੀ ਜ਼ਿੰਦਗੀ ਦਾ ਤਪ ਵੀ ਪੁੰਨ ਕਰਤਾ, ਤੁਹਾਡੇ ਤਾਂ ਗੁਲਾਮ ਹਾਂ ਅਸੀਂ, ਤੁਹਾਨੂੰ ਕਿਹੜਾ ਨਰਕ ਆਦਿ ਹੈ। ਸੰਤਾਂ ਦੀਆਂ ਪਾਵਰਾਈਆਂ ਜੀਆਂ ਹੁੰਦੀਆਂ ਨੇ, ਬੁੱਕਲ ਵਿੱਚ ਲੈ ਕੇ ਥੱਲੇ ਸਵਾਮੀ ਮਹਾਰਾਜ ਜੀ ਮਿੱਤ ਸਿੰਘ ਜੀ ਸਵਾਮੀ ਦਰਬਾਰਾ ਸਿੰਘ ਜੀ ਨੂੰ 60 ਸਾਲ ਦੀ ਤਪੱਸਿਆ ਦਾ ਫਲ ਦੇ ਕੇ ਕਹਿੰਦੇ ਨੇ, ਕਹਿੰਦੇ ਲੋਪੋ ਪੁਰੀ ਵਿੱਚ ਨਾਮ ਦੀ ਗੰਗਾ ਵਗਾ ਦੀ, ਤੂੰ ਪੀਰਾਂ ਦੇ ਤਖਤ ਦਾ ਵੱਡਾ ਪੀਰ ਹੋਵੇਂਗਾ। ਮਹਾਰਾਜ ਜੀ ਵਰਦਾਨ ਸਵਾਮੀ ਦਰਬਾਰਾ ਸਿੰਘ ਜੀ ਨੂੰ ਇਉਂ ਦੇ ਰਹੇ ਸੀ। ਹੋ ਅਸੀਂ ਅੱਜ ਪੰਡਤਾਂ ਹੈਰਾਨ ਹੋ ਗਏ, ਸਾਡੇ ਪੂਰੇ ਦਿਲੀ ਅਰਮਾਨ ਹੋ ਗਏ, ਸਾਡੇ ਪੂਰੇ ਦਿਲੀ ਅਰਮਾਨ ਹੋ ਗਏ। ਉਹ ਚੱਕ ਤਾਂ ਭਲੇਖਾ ਮਾਇਆ ਰੂਪੀ ਜਾਲਦਾ, ਸੌਂਪਤਾ ਖਜ਼ਾਨਾ ਸੀ ਜੋ 60 ਸਾਲ ਦਾ, ਸੌਂਪਤਾ ਖਜ਼ਾਨਾ ਸੀ ਜੋ 60 ਸਾਲ ਦਾ। ਉਹ ਇਕੱਠਾ ਜਿਹੜਾ ਕੀਤਾ ਸਰ ਮਾਇਆ ਨਾਮ ਦਾ, ਸਾਗਰ ਬਹਾਤਾ ਅਮੀ ਜਲ ਜਾਮਦਾ, ਸਾਗਰ ਬਹਾਤਾ ਅਮੀ ਜਲ ਜਾਮਦਾ। ਮੋਤੀਆਂ ਦੀ ਚੋਗ ਸੀ ਹੰਸ ਪਾਲਦਾ, ਸੌਂਪਤਾ ਖਜ਼ਾਨਾ ਸੀ ਜੋ 60 ਸਾਲ ਦਾ, ਸੌਂਪਤਾ ਖਜ਼ਾਨਾ ਸੀ ਜੋ 60 ਸਾਲ ਦਾ। ਜਨਕ ਨਾਲ ਦਾ ਸੌਂਪਤਾ ਖਜ਼ਾਨਾ ਸੀ ਜੋ 60 ਸਾਲ ਦਾ, ਸੌਂਪਤਾ ਖਜ਼ਾਨਾ ਸੀ ਜੋ 60 ਸਾਲ ਦਾ। ਇੱਕ ਇੱਕ ਪਾਲੇ ਕੀਮਤ ਕਰੋੜ ਦਾ, ਕਿਸੇ ਤੋਂ ਨਹੀਂ ਲੱਗਿਆ ਹਿਸਾਬ ਜੋੜਦਾ, ਕਿਸੇ ਤੋਂ ਨਾ ਲੱਗਿਆ ਹਿਸਾਬ ਜੋੜਦਾ। ਖਜ਼ਾਨਾ ਸੀ ਜੋ 60 ਸਾਲ ਦਾ, ਸੌਂਪਤਾ ਖਜ਼ਾਨਾ ਸੀ ਜੋ 60 ਸਾਲ ਦਾ। ਹੋਏ ਸਰਾਬਾ ਸੁਤੰਤਰ ਬਣਾ ਤਾ ਪੰਡਤਾ, ਹੋਏ ਸਰਾਬਾ ਸੁਤੰਤਰ ਬਣਾ ਤਾ ਪੰਡਤਾ, ਯੋਗੀ ਰਾਜ ਤਾਖੇ ਤੇ ਬਹਾ ਤਾ ਪੰਡਤਾ, ਯੋ
ਖਜ਼ਾਨਾ ਸੀ ਜੋ 60 ਸਾਲ ਦਾ ਅਨਪਾ ਵੀ ਖੋਲਤਾ ਅਲਾਹੀ ਭੇਦ ਨੇ ਪੜ ਗਏ ਛੇ ਤੇ 18 ਚਾਰ ਭੇਦ ਨੇ ਪੜ ਗਏ ਛੇ ਤੇ 18 ਚਾਰ ਭੇਦ ਨੇ ਮਾਲਕ ਬਣਾ ਤਾ ਮਰਤ ਤਾਲ ਦਾ ਸੋ ਪਤਾ ਖਜ਼ਾਨਾ ਸੀ ਜੋ 60 ਸਾਲ ਦਾ ਸੋ ਪਤਾ ਖਜ਼ਾਨਾ ਸੀ ਜੋ 60 ਸਾਲ ਦਾ ਅੰਮ੍ਰਿਤ ਬੂੰਦੀ ਪਾਰੀ ਨਾਥ ਆਉਂਦੀ ਐ ਮੋਇਆ ਚ ਬਰਾੜਾ ਜਿਹੜੀ ਜਾਨ ਪਾਉਂਦੀ ਐ ਮੋਇਆ ਚ ਬਰਾੜਾ ਜਿਹੜੀ ਜਾਨ ਪਾਉਂਦੀ ਐ ਬੱਲੋ ਸ਼ਮਾ ਗਾਉਣਾ ਸੱਤ ਰੰਜ ਚਾਲਦਾ ਸੋ ਪਤਾ ਖਜ਼ਾਨਾ ਸੀ ਜੋ 60 ਸਾਲ ਦਾ ਭਰਪੂਰ ਕਰ ਦਿੱਤਾ ਸਵਾਮੀ ਦਰਬਾਰਾ ਸਿੰਘ ਜੀ ਨੂੰ ਭਾਵੇਂ ਅਕਾਲ ਪੁਰਖ ਦੀ ਪੂਰਨ ਸ਼ਕਤੀ ਸੀ ਸਵਾਮੀ ਦਰਬਾਰਾ ਸਿੰਘ ਜੀ ਪਰ ਗੁਰੂ ਦੀ ਮੋਹਰ ਜ਼ਰੂਰੀ ਹੈ ਲਾ ਦਿੱਤੀ ਸ਼ਕਤੀ ਚ ਭਰਪੂਰ ਕਰਤਾ ਅੱਗੇ ਇਉਂ ਦੱਸਿਆ ਸਵਾਮੀ ਮਿੱਤ ਸਿੰਘ ਜੀ ਕਹਿੰਦੇ ਪੰਡਤਾਂ ਅਸੀਂ ਤਾਂ ਨਿਰੰਕਾਰ ਦੇ ਦੇਸ਼ ਜਾਣਾ ਦਿਨ ਮੁੱਕ ਗਏ ਉਹ ਆਦੇ ਮਹਾਰਾਜ ਆ ਗੱਲ ਤਾਂ ਨਹੀਂ ਚੰਗੀ ਜਦ ਤੁਸੀਂ ਮੇਰੀਆਂ ਨਜ਼ਰਾਂ ਚੋਂ ਆਪਣੇ ਚਰਨ ਅਲੋਪ ਕਰ ਲਓਗੇ ਮੇਰਾ ਜੀ ਨਹੀਂ ਲੱਗਣਾ ਹੁਣ ਤਾਂ ਮੈਂ ਰੱਬ ਦੀ ਬੁੱਕਲ 'ਚ ਬੈਠਾ ਸਵਾਮੀ ਮਿੱਤ ਸਿੰਘ ਜੀ ਕਹਿੰਦੇ ਭਾਣਾ ਮੰਨਣਾ ਪੈਂਦਾ ਪੀਰਾਂ ਪੈਗੰਬਰਾਂ ਨੂੰ ਅਸੀਂ ਤਾਂ ਜਾਵਾਂਗੇ ਪਰ ਤੇਰੀ ਇੱਕ ਡਿਊਟੀ ਲਾਵਾਂਗੇ ਉਹਦੇ ਮਹਾਰਾਜ ਦੱਸੋ ਮੇਰੀ ਕੀ ਡਿਊਟੀ ਹੈ ਸਵਾਮੀ ਮਿੱਤ ਸਿੰਘ ਜੀ ਕਹਿੰਦੇ ਜਿਹੜੀ ਇਹ ਧਰਤੀ ਅਸਮਾਨ ਹੈ ਇਹਨੂੰ ਧਰਮ ਦੇ ਥੰਮ ਲੱਗੇ ਹੋਏ ਹੈ ਲੋਕ ਕਹਿੰਦੇ ਆ ਨਾ ਧੌਲ ਧਰਮ ਦਇਆ ਕਾ ਪੂਤ ਜਿਹੜਾ ਧੌਲਾ ਬੈਲ ਕਹਿੰਦੇ ਆਪਾਂ ਉਹ ਬੈਲ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਉਹ ਤਾਂ ਭਾਈ ਧਰਮ ਹੈ ਉਹਦੇ ਸਿਰ ਤੇ ਖੰਡ ਪ੍ਰਮੰਡ ਹੈ ਉਹ ਜਿਹੜਾ ਧਰਮ ਹੈ ਉਹਦੀ ਮਾਂ ਦਇਆ ਹੈ ਦਇਆ ਦੇ ਨਾਲ ਉਸਾਰਨੇ ਪੈਂਦੇ ਆ ਥੰਮ ਹੈ ਧਰਤੀ ਤੇ ਤਾਂ ਧਰਤੀ ਖਲੋਂਦੀ ਹੈ ਸਵਾਮੀ ਦਰਬਾਰਾ ਸਿੰਘ ਜੀ ਕਹਿੰਦੇ ਮਹਾਰਾਜ ਕਰੋ ਕਿਰਪਾ ਦੱਸੋ ਮੇਰੀ ਡਿਊਟੀ ਕੀ ਹੈ ਸਵਾਮੀ ਜੀ ਕਹਿੰਦੇ ਤੂੰ ਐਂ ਕਰੀ ਪਹਿਲੀ ਡਿਊਟੀ ਤਾਂ ਤੇਰੀ ਲੰਗਰ ਚਲਾਉਣ ਦੀ ਹੈ ਲੰਗਰ ਇੱਕ ਨਹੀਂ ਬਹੁਤ ਸਾਰੇ ਲੰਗਰ ਚਲਾਉਣੇ ਹੈ ਇਹੋ ਜਿਹੇ ਲੰਗਰ ਹੋਣ ਤੇਰੇ ਦੁੱਧ ਦੀਆਂ ਨਦੀਆਂ ਵਗਾ ਦੀ ਕਹਿੰਦੇ ਜਿਹੜਾ ਭੁੱਖਿਆਂ ਪਿਆਸਿਆਂ ਨੂੰ ਭੋਜਨ ਛਕਾਉਣਾ ਇੱਧਰੋਂ ਈਸਾ ਮਸੀਹ ਜੀ ਕਹਿੰਦੇ ਕੱਲੇ ਜਿਹੜਾ ਗਰੀਬਾਂ ਨੂੰ ਭੋਜਨ ਛਕਾਉਣਾ ਦਾਨ ਦੇਣਾ ਹਜ਼ਰਤ ਈਸਾ ਜੀ ਕਹਿੰਦੇ ਮੇਰੇ ਤੇ ਕਰਜ਼ਾ ਚੜਾਉਣਾ ਜਿਹੜਾ ਬੰਦਾ ਗਰੀਬਾਂ ਨੂੰ ਦਾਨ ਦਿੰਦਾ ਮੇਰੇ ਤੇ ਕਰਜ਼ਾ ਚੜਦਾ ਗਰੀਬ ਦੀ ਸੇਵਾ ਇੱਧਰੋਂ ਗੁਰੂ ਦਸਵੇਂ ਪਾਤਸ਼ਾਹ ਜੀ ਕਹਿੰਦੇ ਨੇ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਹੈ ਪਾਓ ਸਿੱਧਾ ਗੋਲਕ 'ਚ ਪੈ ਗਿਆ ਪਰ ਅਸੀਂ ਗਰੀਬਾਂ ਨੂੰ ਬੰਦੇ ਹੀ ਨਹੀਂ ਸਮਝਦੇ ਕਈ ਵਾਰੀ ਇੱਕ ਜਗ੍ਹਾ ਲਿਖਿਆ ਹੈ ਚਾਹੇ ਲੱਖ ਕਰੋ ਤੁਮ ਪੂਜਾ ਤੀਰਥ ਕਰੋ ਹਜ਼ਾਰ ਦੀਨ ਦੁਖੀ ਕੋ ਸੁੱਖ ਨਾ ਦੀਆ ਤੋ ਸਭ ਕੁਛ ਹੈ ਬੇਕਾਰ ਗਰੀਬਾਂ ਦੀ ਸੁਣੋ ਵੋ ਤੁਮਾਰੀ ਸੁਣੇਗਾ ਮਹਾਰਾਜ ਕਹਿੰਦੇ ਤੇਰੇ ਲੰਗਰ ਐਸੇ ਹੋਣ ਦੂਜੀ ਡਿਊਟੀ ਸੱਚੇ ਪਾਤਸ਼ਾਹ ਕਹਿੰਦੇ ਉਦੋਂ ਸੜਕਾਂ ਤਾਂ ਹੈ ਨਹੀਂ ਸੀ ਮਹਾਰਾਜ ਕਹਿੰਦੇ ਰਾਹਾਂ ਵਿੱਚ ਪਾਣੀ ਚੱਕੜ ਗਾਰਾ ਭਿਅੰਕਰ ਰਾਹ ਨੇ
ਦੂਰ ਦੂਰ ਤੱਕ ਸੜਕਾਂ ਭਰਾ ਦੀ, ਤੇਰੀ ਡਿਊਟੀ ਰਾਹ ਭਰਾਉਣ ਦੀ ਹੈ। ਅਦੇ ਮਹਾਰਾਜ ਸਤ ਬਚਨ ਅੱਗੇ ਸਵਾਮੀ ਜੀ ਕਹਿੰਦੇ ਤੀਜੀ ਡਿਊਟੀ ਤੇਰੀ ਗਊਸ਼ਾਲਾ ਦੀ ਹੈ। ਤੇਰੇ ਵਰਗੀ ਗਊਸ਼ਾਲਾ ਦੁਨੀਆਂ 'ਚ ਬਣੇ ਨਾ, ਜਿੱਥੇ ਗਊ ਖੁਸ਼ ਹੈ 33 ਕਰੋੜ ਦੇਵਤਾ ਖੁਸ਼ ਹੈ, ਉੱਥੇ ਸਦਾ ਸਮੇਂ ਲੱਗਦੇ ਹੈ। ਗਊਆਂ ਦੀ ਸੇਵਾ ਦਾ ਤਾਂ ਜੰਮੀ ਫੱਟਾ ਚੱਕਦੀ, ਅਰਸ਼ਾਂ ਨੂੰ ਲਾ ਦੀ ਬਿਲਡਿੰਗਾਂ, ਗਊ ਨਾ ਤੰਗ ਹੋਵੇ। ਉਹ ਆਦੇ ਮਹਾਰਾਜ ਸਤ ਬਚਨ ਹੋਰ ਦੱਸਣ ਲੱਗੇ ਹੈ, ਕਹਿੰਦੇ ਚੌਥੀ ਸੇਵਾ ਤੇਰੀ ਕਾਲਜ ਅਰਸ਼ਾਂ ਨੂੰ ਲਾ ਦੀ, ਕੰਨਿਆ ਪੜ੍ਹਾਉਣੀਆਂ ਨੇ, ਇੱਕ ਲੜਕੀ ਪੜ੍ਹ ਗਈ ਸਮਝੋ 3 ਕੁਲਾਂ ਤਰ ਗਈਆਂ, ਕੰਨਿਆ ਪੜ੍ਹਾਈ ਕਾਲਜ ਲਾ ਦੀ ਅਰਸ਼ਾਂ ਨੂੰ। ਉਹ ਆਦੇ ਜੀ ਸਤ ਬਚਨ ਹੋਰ ਹੁਕਮ ਅੱਗੇ ਮਹਾਰਾਜ ਜੀ ਕਹਿੰਦੇ ਇੱਕ ਤਾਂ ਗੁਰਦੁਆਰੇ ਬਣਾਉਣੇ ਹੈ, ਗੁਰਦੁਆਰਿਆਂ ਦੇ ਨਵੇਂ ਨਕਸ਼ੇ ਲਿਆਈ, ਅੰਬਰਾਂ ਤੱਕ ਚੋਟੀਆਂ ਲਾ ਦੀ, ਝੰਡੇ ਚਲਾ ਦੀ। ਕਹਿੰਦੇ 10ਵੇਂ ਗੁਰੂ ਦੇ ਪੰਥ ਦੀ ਸੇਵਾ ਕਰਨੀ ਹੈ ਆਪਾਂ ਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੁਣੀ ਜਾਂਦੇ ਹੈ। ਨਾਲੇ ਹੋਰ ਕਹਿੰਦੇ ਆ ਸਵਾਮੀ ਮਿੱਤ ਸਿੰਘ ਜੀ, ਕਹਿੰਦੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਚਾਰ ਕਰਨਾ, ਤੇ ਤੇਰੀ ਬਾਣੀ ਮੂਹਰੇ ਪੱਥਰ ਪਾਣੀ ਹੋ ਜਾ ਕਰਨਗੇ। ਸਤਿਗੁਰੂ ਆਦੇ ਜਿੰਨੇ ਤੇਰੇ ਸੇਵਕ ਹੋਣਗੇ ਉਹਨਾਂ ਨੂੰ ਸਤਸੰਗ ਰਾਹੀਂ ਲੋਕ ਪ੍ਰਲੋਕ ਦੇ ਪਦਾਰਥਾਂ ਨਾਲ ਝੋਲੀਆਂ ਭਰਦੀ, ਤੇਰੇ ਸੇਵਕ ਨਾ ਦੁਨਿਆਵੀ ਪਦਾਰਥਾਂ ਤੋਂ ਤੰਗ ਹੋਣ ਨਾ ਬ੍ਰਹਮ ਦੇ ਪਦਾਰਥਾਂ ਤੋਂ। ਸਵਾਮੀ ਮਿੱਤ ਸਿੰਘ ਜੀ ਮਹਾਰਾਜ ਸਵਾਮੀ ਦਰਬਾਰਾ ਸਿੰਘ ਜੀ ਦੀ ਡਿਊਟੀਆਂ ਲਾਉਂਦੇ ਹੈ ਧਰਤੀ ਦੇ ਉੱਤੇ, ਧਰਮ ਇਮਾਨ ਦੇ ਥੰਮ ਕਾਇਮ ਕਰਦੇ, ਹਜ਼ੂਰ ਡਿਊਟੀ ਹੈ ਇਹੋ ਲਾਉਂਦੇ ਸੀ। ਸਵਾਮੀ ਮਿੱਤ ਸਿੰਘ ਨਵਾਂ ਨਕਸ਼ਾ ਵਿਖਾਉਂਦੇ ਨੇ, ਸੇਵਾ ਦੇਸ਼ ਦੀ ਕਰੀ ਤੂੰ 4 ਚੰਦ ਲਾਉਂਦੇ ਨੇ। ਸਵਾਮੀ ਮਿੱਤ ਸਿੰਘ ਨਵਾਂ ਨਕਸ਼ਾ ਵਿਖਾਉਂਦੇ ਨੇ, ਸੇਵਾ ਦੇਸ਼ ਦੀ ਕਰੀ ਤੂੰ 4 ਚੰਦ ਲਾਉਂਦੇ ਨੇ। ਬੜੀ ਧਰਤੀ ਧਰਤੀ ਸਹਾਰੇ ਧਰਮ ਇਮਾਨ ਦੇ, ਪੂਜਨੀਕ ਲੁੱਪ ਹੋਜੂ ਅੰਦਰ ਜਹਾਨ ਦੇ, ਪੂਜਨੀਕ ਲੁੱਪ ਹੋਜੂ ਅੰਦਰ ਜਹਾਨ ਦੇ। ਤੇਰੀ ਪਹਿਲੀ ਸੇਵਾ ਨਿੱਤ ਲੰਗਰ ਚਲਾਉਣ ਨੇ, ਲੱਖਾਂ ਭੁੱਖੇ ਪਿਆਸਿਆਂ ਦੇ ਦਰਦ ਵੰਡਾਉਣੇ ਨੇ। ਤੇਰੀ ਪਹਿਲੀ ਸੇਵਾ ਨਿੱਤ ਲੰਗਰ ਚਲਾਉਣ ਨੇ, ਲੱਖਾਂ ਭੁੱਖੇ ਪਿਆਸਿਆਂ ਦੇ ਦਰਦ ਵੰਡਾਉਣੇ ਨੇ। ਖੀਰ ਸਾਗਰ ਸਾਗਰ ਬਗਾ ਦੀ ਅੰਦਰ ਜਹਾਨ ਦੇ, ਪੂਜਨੀ ਕਹੋ ਜੁ ਲੋਪ ਅੰਦਰ ਜਹਾਨ ਦੇ, ਪੂਜਨੀ ਕਹੋ ਜੁ ਲੋਪ ਅੰਦਰ ਜਹਾਨ ਦੇ। ਟੁੱਟੇ ਰਾਹ ਦੀਆਂ ਸੜਕਾਂ ਬਣਾਈ ਪੰਡਤਾਂ, ਮੋੜਾਂ ਉੱਤੇ ਚੰਦ ਈਦ ਦੇ ਚੜਾਈ ਪੰਡਤਾਂ। ਟੁੱਟੇ ਰਾਹ ਦੀਆਂ ਸੜਕਾਂ ਬਣਾਈ ਪੰਡਤਾਂ, ਮੋੜਾਂ ਉੱਤੇ ਚੰਦ ਈਦ ਦੇ ਚੜਾਈ ਪੰਡਤਾਂ। ਸਫ਼ਰ ਰਾਹਾਂ ਦਾ ਸਫ਼ਰ ਝੂਟੇ ਨੇ ਪੂਰੀ ਹੋਜੂ ਵਿੱਚ ਰੋਸ਼ਨੇ ਜਹਾਨ ਦੇ, ਪੂਜਨੀਕ ਲੁੱਪ ਹੋਜੂ ਅੰਦਰ ਜਹਾਨ ਦੇ। ਗਊਸ਼ਾਲਾ ਦੀ ਜੋ ਸੇਵਾ ਜਮਾ ਫੱਟ ਚੱਕਦੀ, ਉੱਤੇ ਚਾੜ ਕੇ ਪਤੰਗ ਥੱਲੋ ਡੋਰ ਕੱਟਦੀ। ਗਊਸ਼ਾਲਾ ਦੀ ਜੋ ਸੇਵਾ ਜਮਾ ਫੱਟ ਚੱਕਦੀ, ਉੱਤੋਂ ਚਾੜ ਕੇ ਪਤੰਗ ਥੱਲੋ ਡੋਰ ਕੱਟਦੀ। ਚੰਡੇ ਚੁੱਲਣੇ ਹਮੇਸ਼ਾ ਤੇਰੇ ਸਨਮਾਨ ਦੇ, ਪੂਜਨੀਕ ਹੋਜੂ ਲੁੱਪ ਅੰਦਰ ਜਹਾਨ ਦੇ, ਪੂਜਨੀਕ ਹੋਜੂ ਲੁੱਪ ਅੰਦਰ ਮਨਾਰੇ ਕੰਨਿਆ ਪੜਾਈ ਤੂੰ। ਤਾਮ ਵਿਦਿਆ ਦੇ ਰਚੀ ਮੰਦਰ ਬਣਾਈ ਤੂੰ, ਪਾ ਕੇ ਅਰਸ਼ ਮਨਾਰੇ ਵਿਦਿਆ ਪੜਾਈ ਤੂੰ। ਬਨੇਤਰ ਨੇਤੇ ਖਲਾਉਂਦੀ ਵਿਦਿਆ ਇਨਸਾਨ ਦੇ, ਪੂਜਨੀਕ ਲੋਪ ਹੋਜੂ ਅੰਦਰ ਜਹਾਨ ਦੇ,
ਪਾਖੰਡ ਦੀ ਆਵਾਜ਼ ਦਰਗਾਹ ਚੋਂ ਆਈ ਐ। ਨਕਸ਼ੇ ਬਣਾਈ ਸੁਰਗ ਮਕਾਨ ਦੇ, ਪੂਜਨੀ ਕਹੋ ਜੀ ਲੁੱਪ ਅੰਦਰ ਜਹਾਨ ਦੇ, ਪੂਜਨੀ ਕਹੋ ਜੀ ਲੁੱਪ ਅੰਦਰ ਜਹਾਨ ਦੇ। ਗੁਰਬਾਣੀ ਦਾ ਹਮੇਸ਼ਾ ਕਣੀ ਬਖਿਆਲ ਤੂੰ ਪਾਦੀ, ਸਤਸੰਗ ਰਾਹੀ ਮੋਇਆ ਵਿੱਚ ਜਾਨ ਤੂੰ। ਗੁਰਬਾਣੀ ਦਾ ਹਮੇਸ਼ਾ ਕਰੀ ਬਖਿਆਲ ਤੂੰ, ਸਤਸੰਗ ਰਾਹੀ ਪਾਦੀ ਮੋਇਆ ਵਿੱਚ ਜਾਨ ਤੂੰ। ਆਗੇ ਅੱਗ ਤੇ ਲਗਾਉਣ ਪਿਆਰੇ ਭਗਵਾਨ ਦੇ, ਪੂਜਨੀ ਕਲੁੱਪ ਹੋ ਜੂ ਅੰਦਰ ਜਹਾਨ ਦੇ, ਪੂਜਨੀ ਕਲੁੱਪ ਹੋ ਜੂ ਅੰਦਰ ਜਹਾਨ ਦੇ। ਤੇਰੇ ਚਰਨਾਂ ਚ ਸੇਵਕ ਬਰਾੜ ਆਊਗਾ, ਇਹਨਾਂ ਨੂਰੀ ਮਹਿਫਲਾਂ ਚ ਤੇਰਾ ਜਸ ਗਾਊਗਾ। ਤੇਰੇ ਚਰਨਾਂ ਚ ਸੇਵਕ ਬਰਾੜ ਆਊਗਾ, ਇਹਨਾਂ ਨੂਰੀ ਮਹਿਫਲਾਂ ਚ ਤੇਰਾ ਜਸ ਗਾਊਗਾ। ਸ਼ਾਮ ਦਾ ਜੋ ਗੁਣ ਤੀਰ ਨੇ ਕਮਾਨ ਦੇ, ਪੂਜਨੀ ਕਹੋ ਜੀ ਲੁੱਪ ਅੰਦਰ ਮਹਾਰਾਜ ਜੀ ਡਿਊਟੀਆਂ ਲਾਈ ਜਾਂਦੇ ਹੈ। ਪੰਡਤਾ ਸੰਸਾਰ ਵਿੱਚ ਜੋ ਨਹੀਂ ਹੋ ਸਕਦਾ ਉਹ ਤੈਂ ਕਰਨਾ। ਬਾਗ ਅੱਗ ਤੇ ਲਗਾਉਂਦੇ ਪਿਆਰੇ ਭਗਵਾਨ ਦੇ, ਥੱਲੇ ਕਲੂ ਕਾਲ ਦੇ ਅੱਗ ਦੇ ਭਾਂਬੜ ਮਚੀ ਜਾਣ, ਉੱਤੇ ਬ੍ਰਹਮ ਦਾ ਬਾਗ ਲਾ ਦੀ। ਮਹਾਰਾਜ ਤਾਂ ਕਹੀ ਜਾਂਦੇ ਹੈ, ਸਵਾਮੀ ਦਰਬਾਰਾ ਸਿੰਘ ਜੀ ਸੁਣੀ ਜਾਂਦੇ ਹੈ। ਆਖਰ ਨੂੰ ਨਤੀਜਾ ਕੀ ਨਿਕਲਿਆ? ਸਵਾਮੀ ਦਰਬਾਰਾ ਸਿੰਘ ਜੀ ਮਹਾਰਾਜ ਖਮੋਸ਼ ਹੋ ਗਏ, ਹਾਂ ਨਾ ਦਾ ਕੋਈ ਜਵਾਬ ਨਾ ਦਿੱਤਾ। ਸਵਾਮੀ ਮਿਲ ਸਿੰਘ ਜੀ ਕਹਿੰਦੇ, ਪੰਡਤਾ ਚੁੱਪ ਹੋ ਗਿਆ ਬਈ ਤੂੰ? ਉਹ ਆਦਾ ਸੱਚੇ ਪਾਤਸ਼ਾਹ ਮੈਨੂੰ ਇੱਕ ਭੁਲੇਖਾ ਪੈ ਗਿਆ। ਉਹ ਆਦੇ ਕਿਹੜਾ? ਕਹਿੰਦੇ ਇਉਂ ਦੱਸੋ, ਜੇ ਕੋਈ ਬੰਦਾ ਕਿਸੇ ਨੂੰ ਹਿਮਾਲੇ ਪਰਬਤ ਤੇ ਚਾੜ ਕੇ ਧੱਕਾ ਦੇਵੇ, ਉਹਦੇ ਵਾਸਤੇ ਜਾਇਜ਼ ਹੈ ਧੱਕਾ ਦੇਣ ਵਾਲੇ ਵਾਸਤੇ? ਮਹਾਰਾਜ ਮਿੱਤ ਸਿੰਘ ਜੀ ਹੱਸੇ ਮੁਸਕਰਾਏ, ਪੰਡਤਾ ਕੀ ਖਿਆਲ ਹੈ? ਉਹ ਆਦਾ ਮਹਾਰਾਜ ਪਹਿਲਾਂ ਤਾਂ ਮੈਨੂੰ ਇਹ ਮਾਇਆ ਦੇ ਚੱਕਰਾਂ ਚੋਂ ਕੱਢ ਕੇ ਰੂਹਾਨੀਅਤ ਦੇ ਮੰਡਲਾਂ ਚ ਪਹੁੰਚਾ ਤਾ, ਬ੍ਰਹਮ ਲੋਕ ਦਾ ਸੈਰ ਕਰਾਤਾ, ਰੱਬ ਨਾਲ ਅਭੇਦ ਕਰਤਾ, ਮੈਨੂੰ ਇੰਨੀਆਂ ਸ਼ਕਤੀਆਂ ਦੇ ਤੀਆਂ। ਸੱਚੇ ਪਾਤਸ਼ਾਹ ਮੇਰੇ ਤਾਂ ਸਮਝ ਚ ਨਹੀਂ ਆਈ ਗੱਲ ਇਹ। ਜਿੱਦਾਂ ਸੂਰਜ ਚੰਦ ਪੁੱਠੇ ਚੜ੍ਹਦੇ ਹੈ, ਤੁਸੀਂ ਤਾਂ ਉਲਟੇ ਚੜ੍ਹਾਤੇ। ਮਹਾਰਾਜ ਕਹਿੰਦੇ, ਕੀ ਖਿਆਲ ਕਿਉਂ ਚੜ੍ਹ ਗਏ ਉਲਟੇ? ਉਹ ਆਦਾ ਜੀ ਗੱਲ ਇਹ ਹੈ, ਪਹਿਲਾਂ ਤਾਂ ਜਿਹੜੀ ਮੇਰੀ ਡਿਊਟੀ ਲਾਈ ਹੈ, ਕਰੋੜਾਂ ਅਰਬਾਂ ਦੀ ਲੋੜ ਹੈ ਮਾਇਆ ਦੀ, ਬੇਗਿਣਤ। ਤੁਸੀਂ ਸੀਮਾ ਕੋਈ ਰੱਖੀ ਹੋਈ ਨਹੀਂ, ਗੁਰਦੁਆਰੇ ਅਰਸ਼ਾਂ ਨੂੰ ਲਾ ਦੀ, ਕਾਲਜ ਅੰਬਰਾਂ ਨੂੰ ਲਾ ਦੀ, ਗਊਸ਼ਾਲਾ ਇਹੋ ਜਿਹੀ ਬਣਾ ਦੀ, ਦੁੱਧ ਦੀਆਂ ਨਦੀਆਂ ਚਲਾ ਦੀ। ਸੱਚੇ ਪਾਤਸ਼ਾਹ ਕਰੋੜਾਂ ਦੀ ਲੋੜ ਹੈ। ਪਹਿਲਾਂ ਤਾਂ ਮੈਨੂੰ ਬਣਾਤਾ ਬ੍ਰਹਮ ਗਿਆਨ ਦੇ ਕੇ ਬਾਦਸ਼ਾਹ, ਤੇ ਹੁਣ ਭਿਖਾਰੀ ਬਣਾਓਗੇ, ਮੰਗਲ ਲਾਓਗੇ? ਮਹਾਰਾਜ ਕਹਿੰਦੇ, ਇੱਕ ਹੋਰ ਦੱਸੋ, ਅਰਬਾਂ ਕਰੋੜਾਂ ਤਾਂ ਮਾਇਆ ਚਾਹੀਦੀ ਹੈ, ਇੱਕ ਹੋਰ ਉਲਟ ਹੈ, ਮਾਇਆ ਨਾਗਣੀ ਹੈ, ਮਾਇਆ ਜਿਹਨੂੰ ਡੰਗਦੀ ਹੈ ਪਾਣੀ ਨਹੀਂ ਮੰਗਦਾ ਬੰਦਾ। ਸਵਾਮੀ ਦਰਬਾਰਾ ਸਿੰਘ ਜੀ ਕਹਿੰਦੇ, ਮਾਇਆ ਜੜ ਤੇ ਚੇਤਨ ਦੋਵੇਂ ਭੈਣਾਂ ਨੇ, ਘੱਟ ਕੋਈ ਵੀ ਨਹੀਂ, ਨਾ ਜੜ ਨਾ ਚੇਤਨ ਘੱਟ। ਇਹ ਤਾਂ ਬਿਨਾਂ ਦੰਦਾਂ ਤੋਂ ਦੁਨੀਆਂ ਨੂੰ ਖਾਂਦੀਆਂ ਨੇ,
ਸੱਚੇ ਪਾਤਸ਼ਾਹ ਮੇਰਾ ਵਾਹ ਪਊਗਾ ਦੋਹੇ ਕਿਸਮ ਦੀ ਮਾਇਆ ਜੜ ਚੇਤਨ ਨਾਲ। ਹਜ਼ੂਰ ਇਹ ਜਿਹੜੀ ਡਿਊਟੀ ਲਾਈ ਹੈ ਨਾ ਬ੍ਰਹਮਪੁਰੀ ਦਾ ਸੈਰ ਛੱਡ ਕੇ ਦੁਨੀਆ ਨਾਲ ਜੋੜਦੇ ਹੋ ਮਹਾਰਾਜ, ਇਹ ਮੇਰੇ ਵਾਸਤੇ ਮੇਰਾ ਖਿਆਲ ਹੈ ਵੀ ਤੁਸੀਂ ਇਨਸਾਫ ਨਹੀਂ ਕਰ ਰਹੇ। ਸਤਿਗੁਰੂਆਂ ਦੇ ਇਉਂ ਦੱਸੋ ਮਾਇਆ ਨੇ ਬਖਸ਼ਿਆ ਕਿਹੜੇ? ਧੁੰਦੂ ਰਿਸ਼ੀ ਵਰਗੇ ਜੋਗੀ ਪਹੁੰਚੇ ਹੋਏ ਫੇਲ ਕਰਤੇ, ਜੈਮਨੀ ਰਿਸ਼ੀ ਵਰਗੇ ਛੱਤਾਂ 'ਚ ਲਟਕਾਤੇ, ਨਾਰਦ ਮੁਨੀ ਵਰਗੇ ਸਵਾਮੀ ਜੀ ਕਹਿੰਦੇ ਚੱਕਰਾਂ 'ਚ ਪਾਤੇ। ਜਿਹੜਾ ਨਾਰਦ ਸੀ ਇਹ ਬ੍ਰਹਮਾ ਦਾ ਪੁੱਤਰ ਸੀ ਔਰ ਅਕਾਲ ਪੁਰਖ ਦਾ ਮਨ ਦੱਸਿਆ ਮਨ। ਨਾਰਦ ਬ੍ਰਹਮਾ ਨੂੰ ਜਾ ਕੇ ਕਹਿੰਦਾ, ਕਹਿੰਦਾ ਪਿਤਾ ਜੀ ਮੈਂ ਤਾਂ ਕਾਮ ਦੇਵਤਾ ਨੂੰ ਜਿੱਤ ਲਿਆ। ਬ੍ਰਹਮਾ ਕਹਿੰਦਾ ਗੱਲ ਸੁਣ ਬੇਟਾ, ਜਿੱਤ ਲਿਆ ਬੇਸ਼ੱਕ, ਮੈਨੂੰ ਤਾਂ ਦੱਸਤਾ, ਹੋਰ ਨਾ ਦੱਸੀ ਕਿਸੇ ਨੂੰ। ਨਾਰਦਾ ਦਾ ਹੈ ਕੋਈ ਗੱਲ ਹੈ, ਸ਼ੰਕਰ ਕੋਲ ਚਲਾ ਗਿਆ। ਸ਼ੰਕਰ ਨੂੰ ਆਦਾ ਭੋਲੇ ਨਾਥ ਜੀ ਮੈਂ ਜਿੱਤ ਪ੍ਰਾਪਤ ਕਰ ਲਈ ਕਾਮ ਦੇਵਤਾ 'ਤੇ। ਸ਼ੰਕਰ ਕਹਿੰਦਾ ਮੈਨੂੰ ਤਾਂ ਦੱਸਤਾ, ਹੋਰ ਨਾ ਦੱਸੀ ਕਿਸੇ ਨੂੰ, ਚੱਲ ਕਰ ਲਈ ਹੋਊਗੀ ਤਾਂ ਕੀ ਹੋ ਗਿਆ। ਉਹ ਆਦਾ ਸਾਰੇ ਦੇਵਤੇ ਪੁੱਠੇ ਬੋਲਦੇ ਆ, ਵਿਸ਼ਨੂੰ ਜੀ ਕੋਲ ਆ ਗਿਆ, ਆਦਾ ਮਹਾਰਾਜ ਮੈਂ ਪ੍ਰਾਪਤ ਕਰ ਲਈ ਜਿੱਤ ਕਾਮ 'ਤੇ। ਵਿਸ਼ਨੂੰ ਜੀ ਆਦੇ ਹੰਕਾਰ ਹੋ ਗਿਆ, ਉਹ ਆਦੇ ਚੰਗਾ ਐਂ ਕਰ ਲਈ ਹੋਊਗੀ, ਠੀਕ ਹੈ, ਫਲਾਣੇ ਬਾਗ 'ਚੋਂ ਫੁੱਲ ਲੈ ਕੇ ਆ, ਮੈਨੂੰ ਜ਼ਰੂਰਤ ਹੈ। ਭੱਜ ਲਿਆ ਨਾਰਦ। ਰਾਹ ਦੇ ਵਿੱਚ ਵਾਹਿਗੁਰੂ ਨੇ ਮਾਇਆ ਰਚਤੀ। ਇੱਕ ਸਵੰਬਰ ਹੈ, ਕਿਸੇ ਬਾਦਸ਼ਾਹ ਦੀ ਪੁੱਤਰੀ ਦਾ ਵਿਆਹ ਰਚਤਾ, ਉਹਦਾ ਨਾਂ ਰੱਖਤਾ ਬਾਦਸ਼ਾਹ ਦਾ ਅਜਪਾਲ, ਉਹਦੀ ਪੁੱਤਰੀ ਦਾ ਨਾਮ ਰੱਖਤਾ ਬਿਸਵ ਮੋਹਣੀ। ਦੇਵਤੇ ਰਿਸ਼ੀ ਮੁਨੀ ਬੈਠੇ, ਨਾਰਦਾਦਾ ਵੀ ਆਹ ਇਕੱਠ ਕਦ ਹੈ। ਉਹ ਆਖਦੇ ਹੋ ਵੇਖ, ਜਿਹੜੀ ਲੜਕੀ ਆਉਂਦੀ ਹੈ ਨਾ ਬਿਸਵ ਮੋਹਣੀ, ਉਹਦਾ ਵਿਆਹ ਹੈ ਸਵੰਬਰ। ਉਹ ਜਿਹੜਾ ਉਹਨੂੰ ਚੰਗਾ ਲੱਗੂ, ਸੁੰਦਰ ਬਹੁਤਾ ਹੋਊ, ਉਹਦੇ ਗਲ 'ਚ ਫੁੱਲਾਂ ਦਾ ਹਾਰ ਪਾ ਦੂਗੀ। ਨਾਰਦ ਘੁੰਮ ਗਿਆ ਇੰਨੇ 'ਚ, ਕਹਿੰਦਾ ਵਿਆਹ ਤਾਂ ਕਰਾਉਣਾ ਚਾਹੀਦਾ। ਮੁੜ ਪਿਆ, ਵਿਸ਼ਨੂੰ ਕੋਲ ਆ ਗਿਆ, ਕਹਿੰਦਾ ਮਹਾਰਾਜ ਇੱਕ ਕਿਰਪਾ ਕਰੋ। ਵਿਸ਼ਨੂੰ ਜੀ ਕਹਿੰਦੇ ਫੁੱਲ ਨਹੀਂ ਲੈ ਕੇ ਆਇਆ। ਆਦੇ ਜੀ ਫੁੱਲ ਤਾਂ ਲਿਆਊਂਗਾ, ਇੱਕ ਕੰਮ ਜ਼ਰੂਰੀ ਹੋ ਗਿਆ। ਕਿਹੜਾ ਹੋ ਗਿਆ? ਕਹਿੰਦਾ ਜੀ ਮੈਨੂੰ ਸਾਰੀ ਦੁਨੀਆ 'ਚੋਂ ਸੁੰਦਰ ਬਣਨਾ ਚਾਹੁੰਦਾ ਮੈਂ। ਉਹ ਆਦੇ ਫਿਰ ਮੰਗ ਕੀ ਇੱਛਾ? ਕਹਿੰਦਾ ਹਰੀ ਰੂਪ ਦੇ ਦਿਓ। ਹਰੀ ਉਹਦੇ ਪਤਾ ਤਾਂ ਵਾਹਿਗੁਰੂ ਦਾ ਰੂਪ ਹੈ, ਹਰੀ ਸਾਰਿਆਂ ਤੋਂ ਸੁੰਦਰ। ਹਰੀ ਨਾਮ ਹੈ ਸ਼ਾਸਤਰਾਂ 'ਚ ਬਾਂਦਰ ਦਾ। ਵਿਸ਼ਨੂੰ ਨੇ ਬਾਂਦਰ ਦਾ ਮੂੰਹ ਜੜਤਾ, ਤਾਂ ਹਰੀ ਰੂਪ ਦੇਤਾ। ਜਦ ਉਹਨੇ ਮੂੰਹ 'ਤੇ ਹੱਥ ਜਿਹਾ ਫੇਰਿਆ, ਕੂਲਾ ਕੂਲਾ ਲੱਗਿਆ ਵੀ ਆਹ ਵਾਕਈ ਸੋਹਣਾ ਬਣ ਗਿਆ। ਉਹ ਸ਼ੀਸ਼ਾ ਦੇਖਿਆ ਨਾ, ਭੱਜ ਲਿਆ। ਉਹ ਲੜਕੀ ਹਾਰ ਲਈ ਆਉਂਦੀ ਹੈ, ਰਾਜੇ ਮਹਾਰਾਜੇ ਬੈਠੇ ਹੈ ਕੁਰਸੀ 'ਤੇ, ਨਾਰਦ ਵੀ ਬਹਿ ਗਿਆ। ਉਹ ਲੜਕੀ ਬੰਨੀ ਝਾਕੀ ਜਾਵੇ ਬਿਸਵ ਮੋਹਣੀ ਵੱਲ ਵੀ, ਹਾਰ ਤਾਂ ਮੇਰੇ ਹੀ ਪਊਗਾ। ਉਹ ਨੇੜੇ ਦੀ ਆ ਕੇ ਲੰਘ ਚੱਲੀ। ਨਾਰਦ ਨੇ ਕਿਹਾ ਕੁਦਰਤੀ ਮੇਰੇ 'ਚ ਧਿਆਨ ਨਹੀਂ ਹੋਇਆ, ਕੁਰਸੀ ਚੱਕ ਕੇ ਦੂਜੇ ਪਾਸੇ ਮੂਹਰੇ ਫੇਰ ਬਹਿ ਗਿਆ। ਉਹ ਕਸੂਤਾ ਜਿਹਾ ਝੱਕ ਕੇ ਉਹ ਲੜਕੀਆਂ ਦੀ ਬੂਥਾ ਤਾਂ ਵੇ ਕਿਹਾ ਜਾ ਟਿਕ ਕੇ ਬੈਠਾ ਰਹਿ, ਭਰਮ ਪੈ ਗਿਆ। ਭੱਜ ਕੇ ਉਹਨੇ ਪਾਣੀ 'ਚ ਮੂੰਹ ਵੇਖਿਆ, ਜਦ ਬਾਂਦਰ ਦਾ ਮੂੰਹ ਨਜ਼ਰ ਆਇਆ ਮੱਚ ਗਿਆ। ਨਾਰਦ ਪਹਿਲਾਂ ਸਰਾਫ ਦੇਤਾ ਪਾਣੀ ਨੂੰ, ਕਹਿੰਦਾ ਜਿਹੜਾ ਤੇਰੇ ਵਿੱਚ ਮੂੰਹ ਦੇਖੂ, ਭਾਵਾਂ 2 ਮਿੰਟਾਂ ਉਮਰ ਘਟੇ, ਉਹ ਬੰਦੇ ਦੀ ਉਮਰ ਘਟੂਗੀ। ਭੱਜ ਲਿਆ ਵਿਸ਼ਨੂੰ ਕੋਲ, ਕ੍ਰੋਧ ਦਾ ਮਾਰਿਆ, ਕਹਿੰਦਾ ਜਿਹੜਾ ਮੇਰੇ ਬਾਂਦਰ ਦਾ ਮੂੰਹ ਲਾਇਆ ਕਿਸੇ ਦਿਨ ਤੇਰੀ ਇਹ ਮੂੰਹ ਸਹਾਇਤਾ ਕਰਨਗੇ। ਵਿਸ਼ਨੂੰ ਕਹਿੰਦੇ ਕੋਈ ਨਹੀਂ, ਮੈਂ ਤਾਂ ਸਰਾਫ ਝੱਲ ਲੂੰ, ਤੈਨੂੰ ਵੀ ਸਰਾਫ ਹੈ ਇੱਕ, ਤੂੰ ਵੀ 4 ਘੜੀਆਂ ਤੋਂ ਵੱਧ ਕਿਤੇ ਖੜੇਗਾ ਨਹੀਂ, ਚੱਕਰਾਂ 'ਚ ਚੱਲੇਗਾ। ਉਹ ਕਹਿੰਦੇ ਨੇ ਸਵਾਮੀ ਦਰਬਾਰਾ ਸਿੰਘ ਜੀ, ਕਹਿੰਦੇ ਨਾਰਦ ਵਰਗੀਆਂ ਪਾਵਰਾਂ ਕਰ ਦਿੱਤੀਆਂ ਮਾਇਆ ਨੇ ਫੇਲ। ਸੱਚੇ ਪਾਤਸ਼ਾਹ ਇਹ ਸੰਤਾਂ ਦੀ ਬੈਰ ਨੇ ਮਾਇਆ,
ਜਿਹੜੀ ਦੁਨੀਆ ਨੂੰ ਪਿਆਰੀ ਹੈ। ਮੈਂ ਤੁਹਾਨੂੰ ਜਵਾਬ ਤਾਂ ਨਹੀਂ ਦਿੰਦਾ, ਪਰ ਮੇਰੀ ਬੇਨਤੀ ਸੁਣੋ, ਮੇਰਾ ਹੀਲਾ ਕੀ ਕਰੋਗੇ? ਸਵਾਮੀ ਦਰਬਾਰਾ ਸਿੰਘ ਜੀ ਆਪਣੇ ਗੁਰੂ ਨਾਲ ਪਿਆਰ ਦਾ ਪਰਸ਼ਨ ਇਉਂ ਕਰਦੇ ਸੀ। ਸਵਾਮੀ ਜੀ ਕਹਿਣ ਗੁਰਾਂ ਨੂੰ ਕਿੱਧਰ ਇਹ ਬਾਤ ਗਈ, ਸੂਰਜ ਚੰਦ ਪੁੱਠੇ ਚੜ ਗਏ, ਦਿਨ ਤੋਂ ਹੋ ਰਾਤ ਗਈ, ਦੁਨੀਆ ਹੈ ਲਪਟੀ ਜੀ ਤੇ ਸੰਤਾਂ ਫਟਕਾਰੀ ਐ, ਸੰਤਾਂ ਦੀ ਬਹਿਰਨ ਮਾਇਆ ਦੁਨੀਆ ਨੂੰ ਪਿਆਰੀ ਐ, ਸੰਤਾਂ ਦੀ ਬਹਿਰਨ ਮਾਇਆ ਜਹਿਰ ਗਾਰੜੂ ਕਰਜੇ ਨਕਾਰੀ ਐ, ਸੰਤਾਂ ਦੀ ਬਹਿਰਨ ਮਾਇਆ ਦੁਨੀਆ ਨੂੰ ਪਿਆਰੀ ਐ, ਸੰਤਾਂ ਦੀ ਬਹਿਰਨ ਮਾਇਆ ਓ ਚੇਤਨ ਜਨ ਮਾਇਆ ਮੋਣੀ ਦੋਵੇਂ ਹੀ ਪੈਣਾ ਨੇ, ਦੰਦਾਂ ਬਿਨ ਖਾਣ ਜਗਤ ਨੂੰ ਚੰਦਰੀਆਂ ਦੇਣਾ ਨੇ, ਫਿਰੇ ਪਟਕਦੀ ਚੱਕਰਾਂ ਵਿੱਚ ਫਿਰੇ ਪਟਕਦੀ ਸਾਰੀ ਸੰਸਾਰੀ ਐ, ਸੰਤਾਂ ਦੀ ਬੈਰਨ ਮਾਇਆ ਦੁਨੀਆ ਨੂੰ ਪਿਆਰੀ ਐ, ਸੰਤਾਂ ਦੀ ਬੈਰਨ ਮਾਇਆ ਹੋ ਨਾਰਦ ਤੇ ਪੈ ਗਈ ਮਾਇਆ ਅਰਸ਼ਾਂ ਚੋਂ ਗੇਰ ਲਿਆ, ਬਾਂਦਰ ਦਾ ਮੁੱਖ ਲਗਾਤਾ ਮਾਇਆ ਨੇ ਘੇਰ ਲਿਆ, ਕਾਬੂ ਕਰ ਲਿਆ ਕਾਮ ਨੇ ਹੋ, ਕਾਬੂ ਕਰ ਲਿਆ ਕਾਮ ਨੇ, ਪਲ ਵਿੱਚ ਮਤ ਮਾਰੀ ਐ, ਸੰਤਾਂ ਦੀ ਬਹਿਰਨ ਮਾਇਆ ਦੁਨੀਆ ਨੂੰ ਪਿਆਰੀ ਐ, ਸੰਤਾਂ ਦੀ ਬਹਿਰਨ ਮਾਇਆ ਮਿਲਣੇ ਦੀ ਬਾਰੀ ਐ, ਸੰਤਾਂ ਦੀ ਬਹਿਰਨ ਮਾਇਆ ਦੁਨੀਆ ਨੂੰ ਪਿਆਰੀ ਐ, ਸੰਤਾਂ ਦੀ ਬਹਿਰਨ ਮਾਇਆ ਹੋ ਮੇਰੀ ਮੰਗ ਚਰਨ ਕਮਲ ਵੀ ਕਿਸ ਬਦ ਮਨ ਮੋੜਾਂ ਮੈਂ, ਚਾਹੀਦੇ ਦਰਸ਼ਨ ਥੋੜਿਆ ਮਾਇਆ ਨਾ ਲੋੜਾਂ ਮੈਂ, ਬੱਲੂ ਤੇ ਸ਼ਾਮ ਬਰਾੜਾ ਹੋ, ਸ਼ਾਮ ਬਰਾੜਾ ਜੋੜੀ ਦਰਬਾਰੀ ਐ, ਸੰਤਾਂ ਦੀ
ਜਿੱਤ ਸਿੰਘ ਜੀ ਦਰਬਾਰਾ ਸਿੰਘ ਮਹਾਰਾਜ ਦੀਆਂ ਗੱਲਾਂ ਸੁਣ ਕੇ ਬੜੇ ਖੁਸ਼ ਹੋਏ, ਬਹੁਤ ਹੱਸੇ। ਪੰਡਤਾ, ਇੱਕ ਪੱਖ ਤੋਂ ਤੇਰਾ ਸਵਾਲ ਠੀਕ ਹੈ, ਦੁਨੀਆ ਨਾਲ ਮਾਇਆ ਇੱਦਾਂ ਹੀ ਕਰਦੀ ਹੈ, ਪਰ ਤੈਨੂੰ ਇਸ ਗੱਲ ਤੋਂ ਅਜੇ ਨਾ ਵਾਕਬ ਹੈ, ਜਿਹੜਾ 100 ਸਾਲ ਦਾ ਟੱਪ ਤੇਰੀ ਝੋਲੀ ਵਿੱਚ ਆ ਪਾਇਆ ਨਾ, ਪਹਿਲਾਂ ਉਹਦੀ ਕੀਮਤ ਦਾ ਹਿਸਾਬ ਲਾ। ਮਹਾਰਾਜ ਕਹਿੰਦੇ, ਤੇਰੀ ਇਹ ਡਿਊਟੀ ਅਸੀਂ ਨਹੀਂ ਲਾਈ। ਸਵਾਮੀ ਮਿੱਤ ਸਿੰਘ ਜੀ ਕਹਿੰਦੇ, ਇਹ ਤਾਂ ਅਰਸ਼ ਮੰਡਲ ਚੋਂ ਅਕਾਲ ਪੁਰਖ ਦਾ ਆਵਾਜ਼ ਉਤਰਿਆ, ਉਹਨਾਂ ਨੇ ਡਿਊਟੀ ਲਾਈ ਹੈ। ਜੇ ਸਾਡੀ ਰਾਸ਼ਨਾਂ ਨਾਲ ਅਸੀਂ ਕਹਿਤਾ, ਕੋਈ ਖਾਸ ਗੱਲ ਨਹੀਂ, ਡਿਊਟੀ ਤਾਂ ਉੱਤੋਂ ਲੱਗੀ ਹੈ ਤੇਰੀ। ਮਹਾਰਾਜ ਕਹਿੰਦੇ, ਹੋਰ ਸੁਣ ਲੈ, ਤੇਰੇ ਉੱਤੇ ਅਕਾਲ ਪੁਰਖ ਵਾਹਿਗੁਰੂ ਨੇ ਸੁੱਚੇ ਮੋਤੀਆਂ ਦਾ ਤਾਜ ਰੱਖ ਕੇ ਤੂੰ ਇੱਕ ਯੋਗ ਰਾਜ ਦੇ ਤਖ਼ਤ 'ਤੇ ਬਿਠਾਤਾ। ਜਿਹੜੀ ਮਾਇਆ ਇਹ ਪਟਰਾਣੀ ਹੈ ਤੇਰੀ, ਇਹ ਤਾਂ ਸੇਵਕ ਹੋ ਕੇ ਕੰਮ ਕਰੂ। ਮਹਾਰਾਜ ਕਹਿੰਦੇ, ਜਿਹੜਾ ਤੂੰ ਆਹਦੇ ਵੀ ਮੈਂ ਦਰ ਦਰ ਮੰਗੂੰਗਾ। ਸੱਚੇ ਪਾਤਸ਼ਾਹ ਕਹਿੰਦੇ, ਜਿੱਥੇ ਚਰਨ ਧਰੇਗਾ ਮਾਇਆ ਤਾਂ ਢੇਰੀ ਹੋਊਗੀ, ਮਾਇਆ ਦੇ ਤੂਫਾਨ ਉੱਠਣਗੇ, ਜਿਵੇਂ ਨਾ ਦਰਿਆਵਾਂ ਦਾ ਪਾਣੀ ਉੱਛਲਦਾ ਹੁੰਦਾ, ਐਂ ਉੱਛਲੂਗੀ, ਸੰਭਾਲੀ ਨਹੀਂ ਜਾਣੀ ਪੰਡਤਾਂ ਮਾਇਆ। ਤਪ ਪਤਾ ਕਿਹੋ ਜਿਹਾ? ਮਹਾਰਾਜ ਕਹਿੰਦੇ, ਤੇਰੀ ਹਸਤੀ ਇਹੋ ਜਿਹੀ ਬਣਾਤੀ, ਤੇਰੇ ਹੱਥ 'ਚ ਕਲਮ ਫੜਾਤੀ, ਕਲਮ ਕਰੋੜਾਂ ਦੀਆਂ ਅਰਬਾਂ ਦੀਆਂ ਤਕਦੀਰਾਂ ਲਿਖੀ ਜਾਈ, ਤੇਰਾ ਨਹੀਂ ਕੁਛ ਵਿਗੜੂਗਾ, ਤੇਰੀ ਹਸਤੀ ਕਾਇਮ ਕਰਤੀ। ਮਹਾਰਾਜ ਕਹਿੰਦੇ, ਇਹ ਵੀ ਗੱਲ ਠੀਕ ਹੈ, ਮਾਇਆ ਨਾ ਜਿਹਨਾਂ ਨੂੰ ਘੇਰਦੀ ਹੈ, ਕਿਹਨਾਂ ਨੂੰ ਘੇਰੇ ਪਾਉਂਦੀ ਹੈ ਭਲਾ, ਜਿਹੜੇ ਇਹਨੂੰ ਪਿਆਰੀ ਸਮਝਦੇ ਨੇ। ਮਹਾਰਾਜ ਕਹਿੰਦੇ, ਹੈ ਤਾਂ ਮਾਇਆ ਨਾਗਣ, ਡੰਗਦੀ ਵੀ ਜ਼ਰੂਰ ਹੈ, ਉਹਨਾਂ ਦੇ ਡੰਗ ਮਾਰਦੇ ਜਿਹੜੇ ਕੱਚੇ। ਸੰਤ ਬੜੇ ਹੈ, ਪ੍ਰਚਾਰਕ ਬੜੇ ਹੈ, ਪਰ ਜਿਵੇਂ ਹੱਥ ਵਿੱਚ ਦੀਪਕ ਹੈ ਕਿਸੇ ਦੇ, ਉਹ ਲੋਕਾਂ ਨੂੰ ਚਾਨਣ, ਆਪ ਹਨੇਰੇ 'ਚ ਖੜੇ। ਜਿਹਦੇ ਹੱਥ ਵਿੱਚ ਦੀਪਕ ਹੈ ਦੁਨੀਆ ਨੂੰ ਚਾਨਣ, ਆਪ ਹਨੇਰੇ 'ਚ, ਮਾਇਆ ਉਹਨਾਂ ਨੂੰ ਡੰਗ ਮਾਰਦੀ ਹੈ। ਤੋ ਦਿਖਦਾ ਤਾਂ ਉਹਨੂੰ ਹੈ ਨਹੀਂ, ਹਨੇਰੇ 'ਚ ਖੜਾ, ਮਾਇਆ ਨੂੰ ਫਸ ਗਿਆ। ਉਹਨੂੰ ਤਾਂ ਭਵਾਂ ਠੂਹਾਂ ਡੰਗ ਦੇ, ਨਾਗਣ ਨੇ ਤਾਂ ਡੰਗਣਾ ਹੀ ਸੀ, ਡੀਂਗਿਆ ਹੀ ਨਹੀਂ ਉਹਨੂੰ। ਹੱਥੀ ਦੀਪਕ ਜਿਨ੍ਹਾਂ ਦੇ, ਆਪ ਰਹਿੰਦੇ ਨੇ ਹਨੇਰੇ। ਕਹਿੰਦੇ, ਪੰਡਤਾ, ਅਰਸ਼ਾਂ 'ਚ ਤਾਂ ਮਾਇਆ ਗੇਰਦੀ ਹੈ, ਤੇਰਾ ਸਵਾਲ ਵੀ ਠੀਕ ਹੈ। ਸਵਾਮੀ ਜੀ ਕਹਿੰਦੇ, ਤੈਂ ਤਾਂ ਕਰੋੜਾਂ ਕਾਲੇ ਕਾਗਾਂ ਨੂੰ ਹੰਸ ਬਣਾਉਣਾ, ਤੇਰੀਆਂ ਨਜ਼ਰਾਂ ਥੱਲਿਓਂ ਦੀ ਜੋ ਲੰਘ ਜੂਗਾ, ਉਹਦੇ ਹਿਰਦੇ ਵਿੱਚ ਗਿਆਨ ਦਾ ਦੀਪਕ ਜਗ ਜਿਆ ਕਰੂਗਾ। ਸਵਾਮੀ ਜੀ ਨੇ ਨਾ ਫਿਰ ਜਿਵੇਂ ਕ੍ਰਿਸ਼ਨ ਮਹਾਰਾਜ ਨੂੰ ਕਿਹਾ ਸੀ ਅਰਜਨ ਨੇ, ਮੈਂ ਨਹੀਂ ਲੜਦਾ ਮੇਰੇ ਪਰਿਵਾਰ ਨਾਲ, ਤਾਏ ਚਾਚੇ ਭਰਾ, ਮੈਂ ਯੁੱਧ ਨਹੀਂ ਕਰਦਾ। ਫਿਰ ਕਹਿੰਦੇ ਉਹਨਾਂ ਨੇ ਵਿਰਾਟ ਰੂਪ ਦਿਖਾਇਆ ਅਰਜਨ ਨੂੰ, ਕ੍ਰਿਸ਼ਨ ਜੀ ਨੇ ਵਿਰਾਟ ਰੂਪ ਦਿਖਾਇਆ। ਕਹਿੰਦੇ, ਅਰਜਨ ਤੂੰ ਨਹੀਂ ਲੜਦਾ, ਇਹ ਤਾਂ ਸਾਰਾ ਕੁਛ ਮਾਇਆ ਦਾ ਖੇਲ ਰਚਿਆ ਪਿਆ, ਤੇਰਾ ਤਾਂ ਸਿਰਫ ਨਾਮ ਹੈ। ਫਿਰ ਯੁੱਧ ਨੂੰ ਤਿਆਰ ਹੋਇਆ ਸੀ। ਇਸ ਤਰ੍ਹਾਂ ਵਿਰਾਟ ਰੂਪ ਸਵਾਮੀ ਦਰਬਾਰਾ ਸਿੰਘ ਜੀ ਨੂੰ ਸਵਾਮੀ ਮਿੱਤ ਸਿੰਘ ਜੀ ਦੇ ਰਹੇ ਨੇ। ਕਹਿੰਦੇ, ਗੱਲ ਤਾਂ ਠੀਕ ਹੈ, ਪਰ ਜਿਹੜੀ ਮਾਇਆ ਕਾਲੀ ਨਾਗਣੀ ਤੇਰਾ ਭਰਿਆ ਕਰੂਗੀ ਨਿੱਤ ਪਾਣੀ, ਤੇਰਾ ਤਾਂ ਹੁਕਮ ਮੰਗੂਗੀ ਕੁਦਰਤ, ਤੇ ਤੂੰ ਮਾਇਆ ਤੋਂ ਕਿਉਂ ਡਰਦਾ? ਹਜ਼ੂਰ ਵਿਰਾਟ ਰੂਪ ਇਉਂ ਦਿਖਾਉਂਦੇ,
ਆਗੇ ਖੁਸ਼ੀਆਂ ਦੇ ਕਾਰੀ ਮਿਤ ਸਿੰਘ ਮਹਾਰਾਜ ਹਾਏ ਕੋਈ ਅਰਸ਼ ਮੰਡੇਰੀ ਜਿੱਥੋਂ ਉਤਰੇ ਆਵਾਜ਼ ਤੇਰੇ ਸਿਰ ਤੇ ਟਿਕਾਈਏ ਸੁੱਚੇ ਮੋਤੀਆਂ ਦਾ ਤਾਜੀ ਹੋਏ ਸਿਰ ਤੇ ਟਿਕਾਈਏ ਸੁੱਚੇ ਮੋਤੀਆਂ ਦਾ ਤਾਜੀ ਤੂੰ ਐ ਬਾਦਸ਼ਾਹ ਤੇ ਮਾਇਆ ਪੱਟ ਰਾਣੀ ਮਾਇਆ ਮੋਣੀ ਕਾਲੀ ਨਾਗਣੀ ਨਿਤ ਭਰਿਆ ਕਰੂਗੀ ਤੇਰਾ ਪਾਣੀ ਮਾਇਆ ਮੋਣੀ ਕਾਲੀ ਨਾਗਣੀ ਹੋ ਤੇਰੇ ਪਾਸ ਤੇ ਕਰੋੜਾ ਖੁੱਲ ਮਾਇਆ ਦੇ ਖਜ਼ਾਨੇ ਤੇਰੇ ਹੱਥ ਚ ਖੁਦਾਈ ਦੇਈ ਬਾਦਲ ਹੈ ਜ਼ਮਾਨੇ ਤੀਰ ਨਿਕਲੇ ਜ਼ਮਾਨੋ ਫੇਲ ਹੋਣੇ ਨੀ ਨਿਸ਼ਾਨੇ ਹੋ ਨਿਕਲੇ ਜਵਾਨੋ ਫੇਲ ਹੋਣੇ ਨੀ ਨਿਸ਼ਾਨੇ ਹੋ ਜੂ ਜੱਗ ਵਿੱਚ ਅਮਰ ਕਹਾਣੀ ਮਾਇਆ ਮੋਣੀ ਕਾਲੀ ਨਾਗਣੀ ਨਿਤ ਭਰਿਆ ਕਰੂਗੀ ਤੇਰਾ ਪਾਣੀ ਮਾਇਆ ਮੋਣੀ ਕਾਲੀ ਨਾਗਣੀ ਹੋਰ ਚਾਬੀ ਹੱਥ ਵਿੱਚ ਤੇਰੇ ਸਾਰੀ ਦੁਨੀਆ ਹੈ ਤੇਰੀ ਜਿੱਥੇ ਚਰਨ ਧਰੇਗਾ ਉੱਥੇ ਮਾਇਆ ਹੋ ਜੂ ਢੇਰੀ ਉੱਠੂ ਪ੍ਰੇਮ ਦਾ ਤੂਫਾਨੀ ਚੱਲੂ ਮਾਇਆ ਦੀ ਹਨੇਰੀ ਹੋਏ ਪ੍ਰੇਮ ਦਾ ਤੂਫਾਨੀ ਚੱਲੂ ਮਾਇਆ ਦੀ ਹਨੇਰੀ ਜਿਵੇਂ ਉਛਲੇ ਦਰਿਆਵਾਂ ਦਾ ਪਾਣੀ ਮਾਇਆ ਮੋਣੀ ਕਾਲੀ ਨਾਗਣੀ ਨਿਤ ਭਰਿਆ ਕਰੂਗੀ ਤੇਰਾ ਪਾਣੀ ਮਾਇਆ ਮੋਣੀ ਕਾਲੀ ਨਾਗਣੀ ਹੋ ਤੂੰ ਨਾ ਮਾਣਿਆ ਦਾ ਮਾਣ ਲਿਖੀ ਜਾਈ ਤਾਂ ਕਦੀਰਾ ਤੈਨੂੰ ਕਲਮਾ ਫੜਾ ਦੀ ਖਿੱਚੀ ਸਿੱਧੀਆਂ ਲਕੀਰਾ ਜਾਂ ਮੈਂ ਕੰਕਰ ਨਾ ਛੇੜੇ ਕੱਟੀ ਤਪਕ ਜੰਜੀਰਾ ਹੋ ਕੰਕਰ ਨਾ ਛੇੜੇ ਕੱਟੀ ਤਪਕ ਜੰਜੀਰਾ ਸੇਵਾਦਾਰ ਹੋ ਜੂ ਕੋਦਾਰ ਤਰਾਣੀ ਮਾਇਆ ਮੋਣੀ ਕਾਲੀ ਨਾਗਣੀ ਨਿਤ ਭਰਿਆ ਕਰੂਗੀ ਤੇਰਾ ਪਾਣੀ ਮਾਇਆ ਮੋਣੀ ਕਾਲੀ ਨਾਗਣੀ ਹੋ ਜਿੱਥੇ ਹੋ ਤੁਹਾਡਾ ਵਾਸੀ ਉੱਥੇ ਰਹਿਣੀਆਂ ਬਹਾਰਾਂ ਭਾਵੇਂ ਪਤਝੜ ਹੋਵੇ ਹੈ ਖਿਲ ਜਾਣ ਗੁਲਜ਼ਾਰਾਂ ਜਿਵੇਂ ਸੌਏ ਦੀ ਕਟਾ ਚ ਪੈਣੀ ਠੰਡੀਆਂ ਫੁਹਾਰਾਂ ਹੋਏ ਸਿਮਲੇ ਦੀ ਲੋਪ ਬਣ ਜਾਣੀ ਮਾਇਆ ਮੋਣੀ ਕਾਲੀ ਨਾਗਣੀ ਨਿਤ ਭਰਿਆ ਕਰੂਗੀ ਤੇਰਾ ਪਾਣੀ ਮਾਇਆ ਮੋਣੀ ਕਾਲੀ ਨਾਗਣੀ ਹਾਂ ਜਿਹੜਾ ਮੰਤਰ ਨਾ ਜਾਣੇ ਮਾਇਆ ਉਹਦੇ ਡੰਗ ਮਾਰੇ ਉਹਦੇ ਬਸ ਦੀ ਨਾ ਗੱਲ ਕੈਸੇ ਜ਼ਹਿਰ ਉਤਾਰੇ ਗਾਰੜੂ ਵੀ ਇਹ ਤਾਂ ਵੱਟ ਜਾਂਦੇ ਨੇ ਕਿਨਾਰੇ ਹੈ ਗਾਰੜੂ ਵੀ ਇਹ ਤਾਂ ਵੱਟ ਜਾਂਦੇ ਨੇ ਕਿਨਾਰੇ ਚਾੜ ਪੱਕਿਆਂ ਦੀ ਸਿਖਰ ਕਮਾਣੀ ਮਾਇਆ ਮੋਣੀ ਕਾਲੀ ਨਾਗਣੀ ਨਿਤ ਭਰਿਆ ਕਰੂਗੀ ਤੇਰਾ ਪਾਣੀ
ਮਾਇਆ ਮੋਣੀ ਕਾਲੀ ਨਾਗਿਣੀ ਮਾਇਆ ਮੋਣੀ ਕਾਲੀ ਨਾਗਣੀ ਤੇ ਤਾਂ ਹੰਸ ਬਣਾਉਣੇ ਲੱਖਾਂ ਪੈਰ ਕਾਲੇ ਕਾਗ ਪਾ ਕੇ ਨਾਜਣਾ ਜਗਾਦੀ ਸੁੱਤੇ ਸਦੀਆਂ ਦੇ ਪਾਗ ਤੇਰੀ ਕਲਮਾ ਬਰਾੜਾ ਪੈਦਾ ਕਰਦੀ ਬਰਾਗ ਕਲਮਾ ਬਰਾੜਾ ਪੈਦਾ ਕਰਦੀ ਜਰਾਗ ਬਲੂ ਸ਼ਾਮ ਨੇ ਮਾਇਆ ਮੋੜੀ ਕਾਲੀ ਨਾਗਣੀ ਭਰਿਆ ਕਰੂਗੀ ਤੇਰਾ ਪਾਣੀ ਮਾਇਆ ਮੋੜੀ ਕਾਲੀ ਨਾਗਣੀ ਸਵਾਮੀ ਮਹਾਰਾਜ ਮਿੱਤ ਸਿੰਘ ਜੀ ਨੇ ਫਿਰ ਉਹਨਾਂ ਦੇ ਹਿਰਦੇ ਦਾ ਭਰਮ ਨਾਸ ਕਰ ਦਿੱਤਾ। ਮਹਾਰਾਜ ਜੀ ਤੱਤ ਤੇ ਆ ਗਏ, ਕਹਿੰਦੇ ਨੇ ਲੋਪੋ ਪੁਰੀ ਨੂੰ ਦੁਨੀਆਂ ਚ ਇੱਕ ਥੰਮ ਬਣਾ ਦੇ, ਪੀਰਾਂ ਦਾ ਤਖਤ ਤੇਰੇ ਥੱਲੇ, ਤੂੰ ਪੀਰਾਂ ਦਾ ਪੀਰ ਹੋਵੇਂਗਾ। ਮਹਾਰਾਜ ਨੇ ਵਧਾਈਆਂ ਦੇ ਦਿੱਤੀਆਂ। ਉਧਰੋਂ ਸਮਾਂ ਵੀ ਆ ਗਿਆ। ਸਵਾਮੀ ਮਿੱਤ ਸਿੰਘ ਜੀ ਕਹਿੰਦੇ, ਪੰਡਤਾ ਅਸੀਂ ਹੁਣ ਨਿਰੰਕਾਰ ਦੇ ਦੇਸ਼ ਨੂੰ ਜਾ ਰਹੇ ਹਾਂ, 60 ਸਾਲ ਤਪ ਹੋ ਗਿਆ। 81 ਸਾਲ ਦੀ ਉਮਰ ਹੋ ਗਈ ਸੀ ਸਵਾਮੀ ਜੀ ਦੀ। ਮਹਾਰਾਜ ਜੀ ਕਹਿੰਦੇ, ਸੱਚੇ ਪਾਤਸ਼ਾਹ ਮੈਂ ਤਾਂ ਨਹੀਂ ਆਹਦਾ, ਤੁਸੀਂ ਜਾਓ, ਪਰ ਜੋ ਹੁਕਮ ਹੈ। ਸਵਾਮੀ ਜੀ ਕਹਿੰਦੇ, ਫਿਰ ਐਂ ਦੱਸ ਸਾਡਾ ਅੰਗੀਠਾ ਕਿੱਥੇ ਬਣਾਵੇਂਗਾ। ਸਵਾਮੀ ਦਰਬਾਰਾ ਸਿੰਘ ਜੀ ਕਹਿੰਦੇ, ਮਹਾਰਾਜ ਤੁਹਾਡਾ ਅੰਗੀਠਾ ਜਿੱਥੇ ਤੁਸੀਂ ਹੁਕਮ ਦਿਓ ਮੈਂ ਤਾਂ ਉੱਥੇ ਬਹਿ ਜਾਵਾਂਗਾ। ਤੁਹਾਡੇ ਅੰਗੀਠੇ 'ਤੇ ਸਮਾਧੀ ਲਾ ਕੇ ਮੈਂ ਨਾਮ ਜਪਣਾ, ਜਿੱਥੇ ਮੈਨੂੰ ਬਿਠਾ ਦਿਓਗੇ ਮੈਂ ਤਾਂ ਉਹਨੂੰ ਪ੍ਰਾਗ ਰਾਜ ਸਮਝੂੰਗਾ, ਸੱਚਖੰਡ ਸਮਝੂੰਗਾ। ਮਹਾਰਾਜਾ ਦੇ ਆ ਚੱਲੀਏ, ਜਿੱਥੇ ਉਹ ਪਤਾਲ ਲੋਕ ਚੋਂ ਗੰਗਾ ਪ੍ਰਗਟ ਕੀਤੀ ਸੀ ਉਹਦੇ ਸਾਹਮਣੇ ਮਹਾਰਾਜ ਕਹਿੰਦੇ, ਇੱਥੇ ਨਿਸ਼ਾਨ ਲਾਤਾ, ਸਾਡਾ ਅੰਗੀਠਾ ਸਾਹਿਬ ਇੱਥੇ ਹੋਵੇ। ਸਤ ਬਚਨ ਜੀ, ਮਹਾਰਾਜ ਨੇ 8 ਦਿਨ ਪਹਿਲਾਂ ਕਹਿ ਦਿੱਤਾ ਸੀ, ਪੰਡਤ ਜੀ ਅਸੀਂ ਚਲੇ ਜਾਣਾ ਮੱਘਰ ਦੀ ਮੱਸਿਆ ਵਾਲੇ ਦਿਨ। 8 ਦਿਨ ਪਹਿਲਾਂ ਡਿਊਟੀ ਲਾਤੀ ਸੀ, ਸੰਗਤ ਬੁਲਾਈ ਲੋਪੋ ਪੁਰੀ ਦੀ, ਪੈਗੰਬਰਾ ਪੁਰੀ ਦੀ। ਮਹਾਰਾਜ ਨੇ ਸੰਗਤਾਂ ਨੂੰ ਕਿਹਾ, ਪਿਆਰਿਓ ਅੱਜ ਤੋਂ ਸਵਾਮੀ ਦਰਬਾਰਾ ਸਿੰਘ ਜੀ ਸਾਡਾ ਰੂਪ ਹੈ, ਉਹੋ ਹੀ ਕੜਾ ਜੋ ਸਵਾਮੀ ਭਗਤ ਸਿੰਘ ਜੀ ਨੇ ਬਖਸ਼ਿਆ ਸੀ ਉਹ ਕੜਾ ਕੱਢ ਕੇ ਆਪਣੀ ਭੁਜਾ 'ਚੋਂ ਸਵਾਮੀ ਦਰਬਾਰਾ ਸਿੰਘ ਜੀ ਦੇ ਪਾਤਾ, ਜਿਹੜਾ ਅੱਜ ਉਹੀ ਕੜਾ ਸਵਾਮੀ ਜੋਰਾ ਸਿੰਘ ਜੀ ਦੀ ਭੁਜਾ ਵਿੱਚ ਹੈ, ਪਾ ਕੇ ਤਖ਼ਤ ਦਾ ਮਾਲਕ ਬਣਾਤਾ। ਆਦੇ ਨੇ ਅਸੀਂ ਸੁਬਹਾ ਦੇ 1 ਵਜੇ ਤਿਆਰੀ ਕਰਨੀ ਹੈ। ਜਦ 12 ਵਜੇ ਆਵਾਜ਼ ਦਿੱਤਾ, ਪੰਡਤਾ ਵੀ ਜਲ ਗਰਮ ਕਰ, ਕੀਤਾ ਮਹਾਰਾਜ ਦਾ ਇਸ਼ਨਾਨ ਕਰਵਾਇਆ, ਚਾਹ ਛਕਾਈ। ਸਵਾਮੀ ਜੀ ਕਹਿੰਦੇ ਮੈਂ ਵੀ ਚਾਹ ਛਕੀ। ਮਹਾਰਾਜ ਜੀ ਸੁਨ ਸਮਾਧ ਆਸਣ ਵਿੱਚ ਬਹਿ ਗਏ।
ਕਹਿੰਦੇ ਸਾਨੂੰ ਨਹੀਂ ਪਤਾ ਲੱਗਿਆ ਇਹ ਕੀ ਭਾਣਾ ਵਰਤਿਆ ਕੀ ਹੋਇਆ। ਅਰਸ਼ ਮੰਡਲ ਚੋਂ ਇੱਕ ਬਵਾਨ ਉਤਰਿਆ, ਉਹਦੀ ਸ਼ੌਂਕ ਵੀ ਆਈ, ਸਵਾਮੀ ਜੀ ਸਮਾਧੀ ਪਿੱਛੇ ਬੈਠੇ ਹੈ, ਪਰ ਉਹਨਾਂ ਦੇ ਜਿਹੜੇ ਸਵਾਦ ਸੀ ਕਹਿੰਦੇ ਉਹ ਦਸਵੇਂ ਦੁਆਰ ਥਾਈਂ ਨਿਕਲ ਕੇ ਉਸ ਬਵਾਨ ਵਿੱਚ ਬਹਿ ਗਏ। ਮਹਾਰਾਜ ਤਾਂ ਨਿਰੰਕਾਰ ਦੇ ਦੇਸ਼ ਚਲੇ ਗਏ। ਇੱਧਰੋਂ ਐਂ ਦੱਸਿਆ ਕਿ ਸਵਾਮੀ ਦਰਬਾਰਾ ਸਿੰਘ ਜੀ ਮਹਾਰਾਜ ਨੇ ਸੰਗਤਾਂ ਨੂੰ ਪਤਾ ਦਿੱਤਾ, ਦੁਨੀਆ ਚੋਂ ਪਾਸਿਆਂ ਤੋਂ ਹੁੰਮ ਹੁਮਾ ਕੇ ਆਈ। ਮਹਾਰਾਜ ਜੀ ਦਾ ਜੋ ਸਮਾਪਤ ਸੀ ਸੰਸਕਾਰ ਅੰਗੀਠਾ ਸਾਹਿਬ ਕੀਤਾ, ਬਹੁਤ ਬੜੇ ਬੜੇ ਜੱਗ ਹੋਏ, ਰਿਸ਼ੀ ਮੁਨੀ ਆਏ, ਪਰ ਜਦ ਉਹ ਮੇਲਾ ਸਮਾਪਤ ਹੋਇਆ ਫਿਰ ਸਵਾਮੀ ਦਰਬਾਰਾ ਸਿੰਘ ਜੀ ਦੇ ਬਦਾਮੀ ਰੰਗ ਦੀ ਗਿਣਤੀ ਤੇ ਭੁਜਾ ਵਿੱਚ ਲੋਹੇ ਦਾ ਕੜਾ, ਬਾਕੀ ਉਸੇ ਅੰਗੀਠਾ ਸਾਹਿਬ ਦੇ ਚਰਨਾਂ 'ਚ ਬਹਿ ਗਏ। ਦੁਨੀਆ ਵੀ ਸੋਚਦੀ ਹੋਊ ਬਈ ਸ਼ਾਇਦ ਇਹ ਹੁਣ ਮੰਗਿਆ ਕਰੂਗਾ, ਮੰਗ ਕੇ ਖਾਵੇਗਾ ਜਾਂ ਕੀ ਕਰੇਗਾ, ਜਾਂ ਕੋਈ ਗਜਾ ਪਕਾਊ ਪਚਾਵੇਗਾ। ਦੁਨੀਆ ਨੂੰ ਕੀ ਪਤਾ ਸੀ ਇਹਦੇ ਪਿੱਛੇ ਕਿੱਡੀਆਂ ਪਾਵਰਾਂ ਨੇ। ਜਿਵੇਂ ਬੋੜ ਦਾ ਬੀਜ ਹੈ ਬਰੋਟੇ ਦਾ, ਛੋਟਾ ਜਿਹਾ ਹੁੰਦਾ, ਉਹਦੇ ਪਿੱਛੇ ਦੇ ਬਸਤਾਰ ਦਾ ਕੌਣ ਅੰਦਾਜ਼ਾ ਲਾ ਸਕਦਾ ਕਿਹੋ ਜਿਹਾ ਬਸਤਾਰ ਹੋਵੇਗਾ। ਐਦਾਂ ਸਵਾਮੀ ਜੀ ਮਹਾਰਾਜ ਦੇ ਪਿੱਛੇ 100 ਸਾਲ ਦੀ ਤਪ ਦਾ ਬਸਤਾਰ ਸੀ। ਮਹਾਰਾਜ ਬਹਿ ਕੇ ਚੁੱਪ ਚੁਪੀਤੇ, ਜਿਵੇਂ ਕਿਸੇ ਜੰਗਲ ਵਿੱਚ ਕੋਈ ਸ਼ੇਰ ਬੈਠਾ ਹੁੰਦਾ ਨਾ ਮਾਰ ਦੀ ਇੰਤਜ਼ਾਰ ਵਿੱਚ। ਇਹ ਵੀ ਦਇਆ ਧਰਮ ਦੀ ਮਾਰ ਮਾਰ ਕੇ ਜਮਾਨੇ ਨੂੰ ਭਾਗ ਲਾਉਣੇ ਸੀ। ਸਵਾਮੀ ਦਰਬਾਰਾ ਸਿੰਘ ਜੀ ਮਹਾਰਾਜ ਅੰਗੀਠੇ ਤੇ ਬਹਿ ਗਏ। ਆਦੇ ਇਉਂ ਦੱਸਿਆ ਉਸ ਮੌਕੇ ਮਹਾਰਾਜ ਦੇ ਵਿੱਚ ਪਾਵਰ ਕਿੰਨੀ ਸੀ, ਜਿਵੇਂ ਨਾ ਕਰੋੜਾਂ ਸੂਰਜਾਂ ਦੀ ਲਾਈਟ ਹੈ, ਨੇਤਰਾਂ ਵਿੱਚੋਂ ਲਾਈਟ ਬਿਜਲੀ ਵਰਗੀ ਨਿਕਲ ਰਹੀ ਸੀ। ਰੂਹਾਨੀਅਤ ਦੀ ਜੋਤ ਉਹਨਾਂ ਦੇ ਮਸਤਕ ਵਿੱਚ ਸੀ। ਉਹਨਾਂ ਦੀਆਂ ਕਦਮਾਂ ਵਿੱਚ ਦੁਨੀਆ ਨਾਪਣ ਵਾਲੀ ਰਫ਼ਤਾਰ ਸੀ। ਉਹਨਾਂ ਦੇ ਹੱਥਾਂ ਵਿੱਚ ਬੜੀਆਂ ਮਹਾਨ ਬਰਕਤਾਂ ਸੀ। ਉਹਨਾਂ ਦੇ ਸਾਰੀ ਦੁਨੀਆ ਦਾ ਦਰਦ ਦਿਲ ਵਿੱਚ ਸਮਾਇਆ ਸੀ, ਗਰੀਬਾਂ ਨੂੰ ਕਿਹੜੀ ਮੰਜ਼ਿਲ 'ਤੇ ਪਹੁੰਚਾਉਣਾ। ਇਉਂ ਦੱਸਿਆ ਕਿ ਜਿਵੇਂ ਸਾਰਾ ਸੰਸਾਰ ਚਾਰੇ ਬਰਨ ਸਵਾਮੀ ਦਰਬਾਰਾ ਸਿੰਘ ਜੀ ਮਹਾਰਾਜ ਦੀ ਬਲਗਣ ਬੁੱਕਲ ਵਿੱਚ ਹੋਣ, ਜਿਵੇਂ ਸਾਰੇ ਜਮਾਨੇ ਨੂੰ ਲੈ ਕੇ ਸੱਚਖੰਡ ਸੁਰਗ ਲੋਕ ਨੂੰ ਉੱਡਣਾ ਹੋਵੇ, ਇਹੋ ਜਿਹੀਆਂ ਤਿਆਰੀਆਂ। ਪਰ ਇੱਕ ਕਲਮ ਕੱਲਾ ਜੋਗੀ ਆਪਦੇ ਸਤਿਗੁਰੂ ਦੇ ਅੰਗੀਠੇ 'ਤੇ ਉਸ ਬਣਖੰਡ ਦੀ ਧਰਤੀ ਅੰਦਰ ਜਿੱਦਾਂ ਬੈਠਾ ਸੀ, ਪੰਜ ਪੀਰਾਂ ਦਾ ਮਹਾਨ ਵੱਡਾ ਪੀਰ ਪੀਰਾਂ ਦੇ ਤਖ਼ਤ 'ਤੇ ਆ ਗਿਆ। ਆਓ ਕਵਿਤਾ ਸੁਣੋ ਵੀਰਾਂ ਤੋਂ, ਸਵਾਮੀ ਮਹਾਰਾਜ ਜੀ ਆਪਣੀ ਗੱਦੀ ਉੱਤੇ ਬਿਰਾਜਮਾਨ ਹੈ, ਐਦਾਂ ਹੋਏ ਸੀ। ਸਵਾਮੀ ਮਿੱਤ ਸਿੰਘ ਬੈਠ ਬਵਾਨ ਤੇ, ਹੋਦਾ ਗਏ ਉਡਾਰੀ ਮਾਰੇ, ਰਾਜੀ ਗਏ ਹਿਮਾਲਾ ਜੱਗ ਦੇ, ਜਿਹੜਾ ਉੱਚਾ ਵੇਸ਼ ਮਾਰਿਆ ਕੇ, ਐਸੀ ਮਹਿਕ ਖਲਾਰ ਗਏ ਖਲਾਰ ਗਏ, ਗਈ ਸੱਤ ਸਮੁੰਦਰੋਂ ਪਾਰ, ਸਜ ਗਿਆ ਇੱਕ ਪੀਰਾਂ ਦਾ ਦਰਬਾਰ, ਹਾਂ ਰੱਖ ਗੱਦੀ ਦੇ ਰਹਿਣਗੇ ਜਿਹੜੇ ਗੁਪਤ ਪੀਰ ਨੇ ਚਾਰ, ਬਹਿ ਗਿਆ ਪੀਰ ਪੰਜਵਾਂ ਤਖਤ ਤੇ, ਹੋ ਤਖਤ ਤੇ ਜਿਹੜਾ ਪੀਰਾਂ ਦਾ ਸਰਦਾਰ, ਦਿਲ ਵਿੱਚ ਦਰਦ ਜਿਹਾ
ਫਕੀਰੀ ਵੇਖ ਕੇ ਹੋ ਵੇਖ ਕੇ ਲੱਖਾਂ ਜੋਗੀ ਕਰਨ ਵਿਚਾਰਾ ਅਜੇ ਉਮਰ ਨਿਆਣੀ ਤਖਤ ਦੀ ਹਾਂ ਨੰਨਾ ਰਾਜ ਕੁਮਾਰ ਜਿਵੇਂ ਬੀਜ ਨਿੱਕੇ ਜੇ ਬੋਹੜਦਾ ਪਿੱਛੇ ਹੈ ਵੱਡਾ ਬਸ ਤਾਰਾ ਇਹਨੂੰ ਵੇਖ ਦਰਿਆ ਰੁਕ ਜਾਣਗੇ ਹੋ ਜਦ ਜੋਬਨ ਚੜਿਆ ਇਸ ਤੇ ਹਾਏ ਇਸ ਤੇ ਮਾਰੂ ਸ਼ੇਰ ਜੋ ਪਵਕਾਰ ਗੁਰਮੁਖ ਜਨੋ ਸਵਾਮੀ ਮਿੱਤ ਸਿੰਘ ਜੀ ਮਹਾਰਾਜ ਜੀਆਂ ਨੇ ਇੱਕ ਹਿਮਾਲੇ ਪਰਬਤ ਵਰਗੀ ਅਡੋਲ ਸ਼ਕਤੀ ਇਹ ਭਾਰਤ ਉੱਤੇ ਉਸਾਰ ਦਿੱਤੀ ਜਿਹਨਾਂ ਦਾ ਭਾਸ਼ਣ ਜਿਹਨਾਂ ਦੀ ਅੰਮ੍ਰਿਤ ਬਾਣੀ ਨੇ ਕਰੋੜਾਂ ਸੰਤਾਂ ਨੂੰ ਆਸਰੇ ਦਿੱਤੇ ਕਰੋੜਾਂ ਪਾਪੀਆਂ ਨੂੰ ਸੰਤ ਬਣਾਇਆ ਮਹਾਰਾਜ ਸਵਾਮੀ ਦਰਬਾਰਾ ਸਿੰਘ ਜੀ ਪੰਜਵੇਂ ਪੀਰ ਪ੍ਰਗਟ ਹੋਏ ਚਾਰ ਗੁਪਤ ਹੈ ਜੋ ਅੱਜ ਵੀ ਚੱਲ ਰਹੇ ਹੈ ਅੱਜ ਪੰਜਵੇਂ ਪੀਰ ਦੇ ਖਿਤਾਬ ਵਿੱਚ ਸਵਾਮੀ ਜੋਰਾ ਸਿੰਘ ਜੀ ਬਿਰਾਜਦੇ ਹੈ ਪਰ ਜਿਹੜਾ ਪੀਰਾਂ ਦਾ ਅਸੂਲ ਹੈ ਇਹਦਾ ਇਹ ਨਹੀਂ ਪਤਾ ਕਿ ਜੁੱਗਾਂ ਜਗੰਤਰਾਂ ਤੋਂ ਪੀਰ ਕਿੱਥੋਂ ਸਿਰਜੇ ਹੈ ਜਦ ਆਪਾਂ ਸੋਚਦੇ ਹਾਂ ਜਿਵੇਂ ਸਾਡੇ ਦਸਵੇਂ ਸਤਿਗੁਰੂ ਸੀ ਇਹਨਾਂ ਦੇ ਪੰਜ ਪਿਆਰੇ ਅਤੇ ਪੰਜ ਬਾਣੀਆਂ ਜੇ ਆਪਾਂ ਇਸਲਾਮ ਧਰਮ ਵੱਲ ਸੋਚੀਏ ਜਿਹੜੇ ਮੁਹੰਮਦ ਸਾਹਿਬ ਸੀ ਉਹਨਾਂ ਨਾਲ ਪੰਜ ਸੁਹਾਵ ਹੁੰਦੇ ਸੀ ਪੀਰਾਂ ਦੇ ਖਿਤਾਬ ਵਿੱਚ ਪੰਜ ਸੁਹਾਵ ਅਤੇ ਪੰਜ ਨਮਾਜ਼ਾਂ ਉਹਨਾਂ ਦੀਆਂ ਇੱਧਰੋਂ ਗੁਰੂ ਸਾਹਿਬ ਦਾ ਜਿਵੇਂ ਪੰਜੇ ਕੱਕੇ ਪੰਜੇ ਤਖਤ ਮਹਾਰਾਜ ਭਾਈ ਗੁਰਦਾਸ ਜੀ ਕਹਿੰਦੇ ਨੇ ਪੰਜ ਪਿਆਲੇ ਪੰਜ ਪੀਰ ਪੰਜਾਂ ਦੀ ਜੋ ਮਰਜ਼ਾਦਾ ਹੈ ਇਹ ਕਿਸੇ ਜੁੱਗਾਂ ਜਗੰਤਰਾਂ ਤੋਂ ਆਈ ਹੈ ਪੰਜ ਪੀਰਾਂ ਦੀ ਇੱਕ ਜਗ੍ਹਾ ਇਉਂ ਦੱਸਿਆ ਪੰਜਾਂ ਸਾਹਿਬ ਗੁਰਾਂ ਦੀ ਨਗਰੀ ਪੰਜੇ ਨਾਲ ਨਮਾਜ਼ੀ ਪੰਜ ਤੱਤ ਦਾ ਬਣਿਆ ਪੋਤਲਾ ਪੰਜੇ ਤੱਤ ਖਰਾਬੀ ਪੰਜਾਂ ਤੱਤਾਂ ਦੀ ਇਹ ਦੇਹ ਬਣਾਈ ਹੈ ਪੰਜੇ ਦੇ ਵਿੱਚ ਵਿਕਾਰ ਹੈ ਪੰਜੇ ਰਹਿਤਾਂ ਨੇ ਪੰਜੇ ਕ੍ਰਹਿਤਾਂ ਨੇ ਇਹ ਤਾਂ ਨਹੀਂ ਪਤਾ ਵੀ ਜੁੱਗਾਂ ਤੋਂ ਲਾ ਕੇ ਪੰਜਾਂ ਦੀ ਅਕਾਲ ਪੁਰਖ ਵਾਹਿਗੁਰੂ ਨੇ ਕਿੱਦਾਂ ਰਚਨਾ ਰਚੀ ਹੈ ਪਰ ਇਹ ਪੰਜੇ ਪੀਰ ਛੇਵੇਂ ਪਾਤਸ਼ਾਹ ਦੇ ਹੁਕਮ ਅਨੁਸਾਰ ਲੋਪੋ ਵਿੱਚ ਸਦਾ ਰਹਿਣਗੇ ਇੱਕ ਪੀਰ ਪ੍ਰਗਟ ਹੋਵੇਗਾ ਚਾਰ ਗੱਦੀ ਦੇ ਰਾਖੇ ਹੋਵਣਗੇ ਇਸ ਤਰ੍ਹਾਂ ਦਾ ਪੰਜ ਪੀਰਾਂ ਦੇ ਵਿੱਚੋਂ ਪਹਿਲੀ ਵਾਰੀ ਇਸ ਤਖ਼ਤ ਤੇ ਸਵਾਮੀ ਦਰਬਾਰਾ ਸਿੰਘ ਜੀ ਪੀਰਾਂ ਦੇ ਸਰਦਾਰ ਗੱਦੀ ਉੱਤੇ ਬਹਿ ਗਏ ਅੱਗੇ ਬਹੁਤ ਹੀ ਕਮਾਲ ਦੇ ਇਤਿਹਾਸ ਆਉਣਗੇ
ਜਿਵੇਂ ਮਹਾਰਾਜ ਜੀ ਨੇ ਮਹਾਨ ਤਵੀਆਂ ਤੇ ਲੰਗਰ ਚਲਾਏ, ਦੁੱਧ ਦੇ ਸਮੁੰਦਰ ਅੱਜ ਵੀ ਛੱਲਾਂ ਮਾਰ ਰਹੇ ਨੇ, ਜਿੱਦਾਂ ਗਊਸ਼ਾਲਾ ਬਣਾਈਆਂ, ਇੱਕ ਬੁੱਚੜਾਂ ਤੋਂ ਜ਼ਾਲਮਾਂ ਤੋਂ ਯੁੱਧ ਕਰਕੇ ਮਹਾਰਾਜ ਨੇ ਗਊਆਂ ਛਡਾਈਆਂ, ਜਿੱਦਾਂ ਕਾਲਜ ਰਚੇ, ਚੋਰਾਂ ਸੇਵਾਦਾਰਾਂ ਨੂੰ ਪਾਰ ਕੀਤਾ, ਮਹਾਨ ਸੇਵਾਵਾਂ ਕਰਵਾਈਆਂ। ਅੱਗੇ ਨੂੰ ਉਹਨਾਂ ਦਾ ਹੁਕਮ ਪਾ ਕੇ ਹੋਰ ਕੈਸਟਾਂ ਵੀ ਤਿਆਰ ਕਰਾਂਗੇ। ਅੱਗੇ ਤਾਂ ਬਲਕਿ ਇਤਿਹਾਸ ਦਾ ਜਿਹੜਾ ਨੂਰੀ ਹਿੱਸਾ ਹੈ ਉਹ ਤਾਂ ਅੱਗੇ ਹੀ ਪਿਆ। ਸਵਾਮੀ ਦਰਬਾਰਾ ਸਿੰਘ ਜੀ ਨੇ ਕਰੋੜਾਂ ਡੁੱਬਦਿਆਂ ਨੂੰ ਉਤਾਰਿਆ, ਕਿੱਦਾਂ ਕਿੱਦਾਂ ਪਾਪੀਆਂ ਦੇ ਬੇੜੇ ਪਾਰ ਉਤਾਰੇ, ਉਹ ਸਾਰਾ ਸੀਨ ਅੱਗੇ ਆਵੇਗਾ। ਹੁਕਮ ਪਾ ਕੇ ਬੇਨਤੀ ਹੈ ਕਿ ਬਈ ਸਾਡਾ ਜੋ ਜਥਾ ਸੇਵਾਦਾਰ ਗੁਰਨਾਮ ਸਿੰਘ ਬਰਾੜ, ਸੇਵਾਦਾਰ ਬਾਸੀ ਅਰਖ, ਬਲਦੇਵ ਸਿੰਘ ਬੱਲੂ ਔਰ ਸਮਾਣਾ ਸ਼ਹਿਰ, ਭਾਈ ਸਾਡੇ ਸ਼ਿਆਮ ਸਿੰਘ ਜੀ ਪਿੰਡ ਭੱਟੀਵਾਲ, ਇਹ ਜਥਾ ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚੋਂ ਆਗਿਆ ਚਾਹੁੰਦਾ। ਜਸ ਮਹਾਨ ਹੈ, ਇਹ ਸਵਾਮੀ ਦਰਬਾਰਾ ਸਿੰਘ ਜੀ ਦਾ ਅਮਰ ਕਥਾ ਦਾ ਜਸ ਬੇਅੰਤ ਹੈ, ਇਹਦਾ ਕੋਈ ਥਾਂ ਨਹੀਂ। ਬੋਲਦਿਆਂ ਤੋਂ ਗਲਤੀਆਂ ਬਹੁਤ ਹੋਈਆਂ ਹੋਣਗੀਆਂ, ਆਪਦੇ ਸੇਵਾਦਾਰ ਸਮਝ ਕੇ ਚਰਨਾਂ 'ਚ ਲਾਓ, ਜਥੇ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।